ਬੰਦ ਕਰਤਾ ਬੰਦ ਕਰਤਾ ਹੁਣ ਪਾਉਂਦੇ ਨੀ ਤੇਲ ਤੇ ਫਾਇਦੇ ਨਾਲ ਸਾਰਾ ਵੱਜਦਾ ਆਦਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਵੀ ਕਰਨਾ ਕਿਵੇਂ ਕਿਉਂਕਿ ਕਾਫੀ ਜਾਣੇ ਇਹ ਕਮੈਂਟ ਕਰਦੇ ਨੇ ਵੀ ਵੱਜ ਜਾ ਕਿਵੇਂ ਤੁਹਾਡੇ ਪੁਰਾਣੇ ਮੈਂ ਵੀਡੀਓ ਦਿਖਾਇਆ ਭਰਾ ਨਹੀਂ ਦੱਸਦਾ ਵੀ ਕਿਵੇਂ ਵੱਜਿਆ ਮੈਂ ਤਾਂ ਹੀ ਦੱਸਦਾ ਕਿ ਯਾਰ ਤੁਹਾਡਾ ਨੁਕਸਾਨ ਹੋਊ ਤੇ ਦੂਜੇ ਨੰਬਰ ਤੇ ਕਹਿੰਦਾ ਵੀ ਬੁਲਟ ਤੇ ਭੜਾਕੇ ਵੀ ਤੁਹਾਡੇ ਗਲਤ ਨੇ ਨਾ ਬੁਲਟ ਅੜੀ ਉਹ ਕਿੰਨੀ ਆਵਾਜ਼ ਕਰਦਾ ਇੰਜਣ ਰੋਡ ਹੀ ਸੁਣਦਾ ਠੰਡ ਇੰਨੀ ਕਰਦਾ ਜੀ ਉੱਥੇ ਹੁਣ ਵੱਧ ਗਿਆ ਜਿਹੜਾ ਜਿਹੜਾ ਐਮਰਜੈਂਸੀ ਬਾਤ ਰੱਖਿਆ ਉਹ ਦੇ ਦੋ ਬਾਈ ਉਹ ਵਿੱਚ ਵੜਦੇ ਆ ਉਹਦੇ ਖਤਮ ਹੋ ਗਿਆ ਉਹ ਤੇਲ ਜਮੀ ਜ਼ੀਰੋ ਕਰ ਲਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪ੍ਰਦੀਪ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ ਤੇ ਨਾ ਅੱਜ ਮੈਨੂੰ ਸਵੇਰੇ ਸਵੇਰੇ ਇਹਨੇ ਕੋਈ ਖਤਰਨਾਕ ਖਬਰ ਦਿੱਤੀ ਹੈ ਕੀ ਗੱਲ ਹੋ ਗਈ ਬਲਵੀਰ ਕਮਿਆ ਵਧੀਆ ਓਕੇ ਰਿਪੋਰਟ ਦੇਖ ਲੈ ਕਿਉਂ ਖੜ ਜਾ ਇਹ ਕੀ ਹੋਗਾ ਇੰਨੀ ਭੀੜ ਇਹ ਪੰਪ ਤੇ ਆਪਣੇ ਪਿੰਡ ਵਾਲੇ ਤੇ ਇਹ ਕਿਲੋ ਡ ਪੈ ਗਿਆ ਕੱਸਾ ਖੜਕਦਾ ਇਹ ਕਿਹੜੀ ਗੱਲੋਂ ਵੀ ਆਹ ਹੋ ਗਿਆ ਧਰਨ ਧਰਨੇ ਧਰਨੇ ਲਾਏ ਨੇ ਟਰੱਕਾਂ ਵਾਲਿਆਂ ਨੇ ਹੁਣ ਪੈਟਰੋਲ ਮਤਲਬ ਮਿਲਣਾ ਨਹੀਂ ਪੈਟਰੋਲ ਮਤਲਬ ਹੁਣ ਖਾਲੀ ਹੋ ਜਾਣੇ ਨੇ ਡਿੱਗ ਡੁੱਗ ਅਗਲੇ ਸਾਰੀ ਪੈਟਰੋਲ ਮਤਲਬ ਫਿਰ ਨਵਾਂ ਪੈਟਰੋਲ ਨਹੀਂ ਆ ਰਿਹਾ ਉਹ ਕਿਉਂ ਪਿੱਛੇ ਬੰਦ ਹੋ ਗਿਆ ਵੀ ਟਰੱਕਾਂ ਕਰਕੇ ਫਿਰ ਮਤਲਬ ਕਿ ਹੁਣ ਲੰਬਾ ਚੱਲੋ ਮਤਲਬ ਹੁਣ ਪ੍ਰਦੀਪ ਨੇ ਬੋਲਟ ਤੇ ਗੇੜੀ ਕੱਢਣਗੇ ਕਿਵੇਂ ਥਾਰ ਤੇ ਗੇੜੀ ਕੱਢਣਗੇ ਕਿਵੇਂ ਹੁਣ ਇਹ ਤੁਸੀਂ ਇਹੋ ਪਾ ਲਿਓ ਨਾ ਤੇਲ ਪਾਣੀ ਮਿੱਟੀ ਦਾ ਤੇਲ ਪਾ ਲਾਂਗੇ ਉਹ ਵੀ ਨਹੀਂ ਮਿਲਦਾ ਹੁਣ ਤਾਂ ਅੱਛਾ ਫਿਰ ਤਾਂ ਜਾ ਕੇ ਮਤਲਬ ਮੈਂ ਵੀ ਪਵਾ ਜਾਵਾਂ ਡੀਜ਼ਲ ਤਾਂ ਖਤਮ ਹੋ ਗਿਆ ਪਵਾ ਲਾ ਚੱਲ ਚੱਲੀ ਉੱਥੇ ਚੱਲੀ ਚਲੋ ਚਲੋ ਕੀ ਹੋ ਗਿਆ ਇਹਨਾਂ ਨੇ ਕਰਤਾ ਇਹ ਕਹਿੰਦੇ ਸ਼ਾਮ ਨੂੰ ਚਲਾਵਾਂਗੇ ਜੋ ਤੋਂ ਨਹੀਂ ਕਹਿੰਦੇ ਕਹਿੰਦੇ ਭੀੜ ਬਹੁਤ ਹੋ ਗਈ ਸੀ ਇਹਨਾਂ ਨੇ ਦੂਜੇ ਲੋਟੇ ਬੰਦ ਕਰਤਾ ਬੰਦ ਚੁੱਪੂ ਉਹਦੇ ਪੀਪੀਆਂ ਚੱਕੀ ਖੜਾ ਪਰਤਲੇ ਅਸੀਂ ਵੀ ਤੇਲ ਪਾਉਣ ਗਏ ਸੀ ਤਾਂ ਬੰਦੇ ਨੇ ਜਾਣਾ ਸੀਗਾ ਮਤਲਬ ਬੰਦ ਹੋ ਗਿਆ ਜੋਤ ਕਹਿੰਦਾ ਸ਼ਾਮ ਨੂੰ ਆਇਓ ਜੋਤ ਗੱਲ ਹੈ ਨਹੀਂ ਜੀ ਉੱਥੇ ਆਹ ਬਾਈ ਆ ਰਹੇ ਹੁਣ ਆ ਵੀ ਆਇਆ ਚੱਲ ਦੇਖਦੇ ਹਾਂ ਕੀ ਕਰ ਚਾਲੂ ਚੱਲ ਉਹ ਕਹਿੰਦਾ ਚੱਕ ਮੰਤਰੀ ਨੇ ਉਹਨੂੰ ਕਿਹਾ ਆ ਜਾ ਉਹ ਕਹਿੰਦਾ ਆਪਾਂ ਚਾਰ ਜਣੇ ਕਹਿੰਦੇ ਬੈਠਾ ਮੈਂ ਕਹਿੰਦਾ ਚੱਲ ਕਰੇ ਤੇਲ ਦੇ ਪੰਪ ਦੇਖ ਕੇ ਆਉਣਾ ਵੀ ਤੇਲ ਦੇ ਕੀ ਮਾਹੌਲ ਚਾਲ ਆ ਤੇਲ ਦੇ ਕਿਉਂ ਪੰਪ ਦੇ ਦੇਖ ਕੇ ਆਉਣਾ ਕੀ ਮਾਹੌਲ ਚਾਲ ਆ ਵੀ ਤੇਲ ਪੈਂਦਾ ਕਿ ਨਹੀਂ ਪੈਂਦਾ ਬੜਾਈ ਪੰਪ ਤੇ ਆ ਗਏ ਉਹ ਗੱਡੀਆਂ ਪਹਿਲੀ ਉੱਥੇ ਖੜੀਆਂ ਨੇ ਤੇਲ ਆ ਬਾਈ ਲੈਣ ਦੇ ਤੂੰ ਉਰੋਂ ਹੀ ਲੱਗੀ ਪਈ ਆ ਤੇ ਥੱਲੋਂ ਹੀ ਮੈਨੂੰ ਨਹੀਂ ਲੱਗਦਾ ਆਪਾਂ ਨੂੰ ਤੇਲ ਮਿਲੂ ਬਾਈ ਆਹ ਬਾਈ ਆਹ ਬਾਈ ਭੀੜ ਭੀੜ ਬਾਈ ਓਏ ਖਾ ਗਏ ਇੰਨੀ ਭੀੜ ਇੰਨੀ ਜ਼ਿਆਦਾ ਹੁਣ ਕੀ ਕਰਾਂ ਇੰਨੀ ਤੇਲ ਕਾਹਦਾ ਹੀ ਸਵਾਦ ਆਇਆ ਪਿਆ ਹੁਣ ਤਾਂ ਇਹ ਬਾਹਲਾ ਹੀ ਤੇਲ ਪੈਣ ਲੱਗਿਆ ਜਿਵੇਂ ਫ੍ਰੀ ਹੁੰਦਾ ਤੇ ਐਂ ਹੋਇਆ ਪਿਆ ਕੰਮ ਪੈਟਰੋਲ ਵੀ ਹੋ ਗਿਆ ਨਾ ਬੰਦ ਕਰਤਾ ਬੰਦ ਕਰਤਾ ਹੁਣ ਪਾਉਂਦੇ ਨੀ ਤੇਲ ਬੰਦ ਕਦੇ ਕਰਤਾ ਹੁਣ ਤੇ ਪਾਉਣਾ ਨੀ ਫਿਰ ਆਇਓ ਚਲੋ ਜੀ ਨਾਲੇ ਇਹ ਨੀ ਪਾਉਂਦੇ ਹੈਗੇ ਸਰਟੀਫਿਕੇਟ ਮਿਲ ਗਿਆ ਆਪਾਂ ਨੂੰ ਉਹਦਾ ਸਰਟੀਫਿਕੇਟ ਮਿਲ ਗਿਆ ਤੇਲ ਨਹੀਂ ਮਿਲਦਾ ਅੜੀ ਚਾਚੀ ਵਾਲ ਚੋਂ ਕੱਢਾਂਗੇ ਉਹ ਵੀ ਲੱਛੀ ਆ ਹੋਰ ਕਿਸੇ ਮੰਪ ਤੇ ਵੀ ਨਹੀਂ ਦਿੰਦੇ ਹੈ ਮੋਡਲ ਮੰਪ ਬੰਦ ਹੋ ਗਏ ਕੱਚਾ ਤੇਲ ਹੋ ਗਿਆ ਕੱਚਾ ਤੇਲ ਟੈਂਕੀ ਉਧਰੋਂ ਆ ਨੀ ਰਹੀ ਕੱਚਾ ਤੇਲ ਵੀ ਇਹਨਾਂ ਨੇ ਪਕਾ ਕੇ ਦੇਣਾ ਕੱਚਾ ਤੇਲ ਪੰਜ ਛੇ ਹਜ਼ਾਰ ਦਾ ਉੱਥੇ ਪਵਾ ਕੇ ਲਈ ਕੰਮ ਪਤਾ ਕੀ ਆ ਬਲੈਕੀ ਕਹਿੰਦਾ ਹੁਣ ਤਾਂ ਤੇਲ ਬੱਸਾਂ ਬੰਦ ਹੋਣੀਆਂ ਹੁਣ ਮੈਂ ਕੰਮ ਤੇ ਜਾਣਾ ਹੈਗਾ ਕਹਿੰਦਾ ਜਿਹਨੇ ਪਵਾਉਣਾ ਤਾਂ ਪਵਾ ਹੀ ਲੈਣਾ ਮੋਟਰਾਂ ਤੇ ਪਵਾ ਜਿਹਨੇ ਮੋਟਰਾਂ ਦੇ ਵੀ ਤੇਲ ਨਹੀਂ ਮਿਲਣਾ ਹੁਣ ਦੱਸ
ਠੇਕੇ ਬੰਦ ਹੋਏ ਸੀ ਤਾਂ ਬਲੈਕ ਤੇ ਮਿਲਦੀ ਆ ਜੀ ਸਾਈਕਲ ਤੇ ਵਗ ਜਾ ਤੂੰ ਐ ਗਿਆ ਹੋਰ ਬੇਕਾਰ ਗੱਲਾਂ ਮਾਰੀਆਂ ਦਾ ਮੋਟਰ ਤੇਲ ਪਾ ਲਾਈਏ ਉਹ 3000 ਵੇਲੇ ਵੀ ਆਏ ਚੁੱਕੇ ਨੇ ਲਾਈਨ 'ਚ ਖੜ ਗਿਆ ਮੈਂ ਪੜਾਕਾ ਵਾਲੀ ਵੀਡੀਓ ਬਣਾਉਣੀ ਉਹਦੇ ਕਰਕੇ ਤੇਲ ਪਾਉਣ ਵਾਸਤੇ ਅਤੇ ਉਸ ਤੋਂ ਬਾਅਦ ਮੈਂ ਆ ਗਿਆ ਘਰੇ ਅਤੇ ਹੁਣ ਤਾਂ ਵੱਜ ਗਏ ਨੇ 6:30 ਅਤੇ ਉਦੋਂ ਤਾਂ ਮੈਨੂੰ ਅੱਧਾ ਘੰਟਾ ਲੱਗਿਆ ਸੀ ਅੱਧਾ ਘੰਟਾ ਲੱਗਿਆ ਤੇਲ ਪਾਉਣ ਨੂੰ ਅਤੇ ਮੈਂ ਉਹਨੂੰ ਕਿਹਾ ਵੀ 500 ਦਾ ਪਾ ਦੇ ਯਾਰ ਬੋਲਟ 'ਚ ਕੀ ਲੱਗੂ ਪਰ ਉਹਨੇ 500 ਦਾ ਪਾਇਆ ਨਹੀਂ ਗਾ ਯਾਰ ਫਿਰ ਬਾਕੀ ਸਾਰੇ ਕਹਿਣਗੇ ਫਿਰ ਉਹਨੇ 200 ਦਾ ਹੀ ਤੇਲ ਪਾਇਆ ਸੀਗਾ ਤਾਂ ਫਿਲਹਾਲ ਆਪਾਂ 200 ਤੇਲ ਪਾ ਲਿਆ ਅਤੇ ਹੁਣ ਮੈਂ ਲੈ ਕੇ ਉਹਨੂੰ ਸੱਚ ਫਿਰ ਤੁਹਾਨੂੰ ਅੱਜ ਦਾ ਟਰੱਥ ਦੱਸਦਾ ਇਹਦਾ ਕੀ ਬਣਦਾ ਅਤੇ ਹੁਣ ਆਪਾਂ ਥੋੜ੍ਹਾ ਪਿੰਡ ਤੋਂ ਬਾਹਰ ਚੱਲਦੇ ਹਾਂ ਕਿਉਂਕਿ ਉੱਥੇ ਜਾ ਕੇ ਟਰਾਈ ਕਰਾਂਗੇ ਚੀਜ਼ਾਂ ਪਿੰਡ ਦੇ ਵਿੱਚ ਤਾਂ ਫਿਰ ਕੰਮ ਗਲਤ ਹੋ ਜੂ ਚਲੋ ਜੀ ਅਸੀਂ ਆ ਗਏ ਹੁਣ ਲੋਕੇਸ਼ਨ 'ਤੇ ਅਤੇ ਇੱਥੇ ਬੁਲਟ ਮਤਲਬ ਕਿ ਘੈਂਟ ਲਾ ਦੇਖੋ ਹੜਾ ਇੱਥੇ ਕਿਤੇ ਸਾਰੇ ਕਿਤੇ ਘੈਂਟ ਲਾ ਦਾ ਮਤਲਬ ਕਿ ਲੋਕੇਸ਼ਨ ਖੁੱਲ੍ਹੀ ਹੋਈ ਆ ਉਹ ਆਪਾਂ ਹੀ ਜਿਹਦੀ ਖਾਸੀ ਵੀਡੀਓ ਬਣਾਉਂਦੇ ਹੁੰਦੇ ਹਾਂ ਅਸੀਂ ਅਤੇ ਹੁਣ ਫਿਰ ਮੈਂ ਦੱਸਦਾ ਵੀ ਪਟਾਕਾ ਵੱਜਦਾ ਕਿਵੇਂ ਆ ਪਰ ਸਭ ਤੋਂ ਪਹਿਲਾਂ ਮੈਂ ਨਾ ਪਟਾਕਾ ਵਜਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਵੀ ਇਹ ਬੁਲਟ ਦਾ ਪਟਾਕਾ ਵਜਾਉਣਾ ਤੁਹਾਡੇ ਲਈ ਤਾਂ ਅਨਸੇਫ ਹੈਗੀ ਹੈਗਾ ਚਲਾਉਣ ਚਲਾਉਣ ਉਹ ਚੱਲ ਦੂਰ ਦੀਆਂ ਗੱਲਾਂ ਨੇ ਪਹਿਲਾਂ ਤੁਹਾਡੇ ਆਪਦੇ ਬੁਲਟ ਲਈ ਨੁਕਸਾਨ ਨੇੜੇ ਇਹਦਾ ਪੱਕਾ ਯਕੀਨ ਆ ਵੀ ਇੱਕ ਵੀ ਪਟਾਕੇ ਨਾਲ ਤੁਹਾਡੇ ਬੁਲਟ ਦਾ ਨੁਕਸਾਨ ਤਾਂ ਹੋਣਾ ਹੀ ਹੋਣਾ ਪਰ ਐਂ ਨਹੀਂ ਪਤਾ ਵੀ ਜਮੀ ਖਰਾਬ ਵੀ ਹੋ ਜਾਵੇ ਵੀ ਉਹ ਐਂ ਨਹੀਂ ਪਤਾ ਪਹਿਲੇ ਦਿਨ ਹੋ ਜਾਵੇ ਐਂ ਨਹੀਂ ਪਤਾ ਦੂਜੇ ਦਿਨ ਹੋਵੇ ਐਂ ਨਹੀਂ ਪਤਾ ਵੀ ਕਦੇ ਨਾ ਕਦੇ ਤਾਂ ਹੋਊਗਾ ਹੀ ਹੋਊਗਾ ਨਹੀਂ ਇਹ ਮੈਂ ਤੁਹਾਨੂੰ ਐਕਸਪੀਰੀਅੰਸ ਦੱਸ ਰਿਹਾ ਮੇਰਾ ਅਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਕਰਨਾ ਕਿਵੇਂ ਅਤੇ ਪੂਰੀ ਵੀਡੀਓ ਬਾਅਦ ਦੇਖ ਲਿਓ ਵੀ ਕੀ ਨੁਕਸਾਨ ਨੇ ਇਹਦੇ ਠੀਕ ਆ ਅਤੇ ਫਾਇਦੇ ਨੁਕਸਾਨ ਆਪਾਂ ਵੱਜ ਦੱਸਦਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਦਾ ਵੀ ਕਰਨਾ ਕਿਵੇਂ ਕਿਉਂਕਿ ਕਾਫੀ ਜਾਣੇ ਇਹ ਕਮੈਂਟ ਕਰ ਦਿੰਦੇ ਵੀ ਵੱਜ ਜਾ ਕਿਵੇਂ ਤੁਹਾਡੇ ਪੁਰਾਣੇ ਮੈਂ ਵੀਡੀਓ ਦਿਖਾਇਆ ਪਰ ਐਂ ਨਹੀਂ ਦੱਸਦਾ ਵੀ ਕਿਵੇਂ ਵੱਜਿਆ ਮੈਂ ਤਾਂ ਦੱਸਦਾ ਕਿ ਯਾਰ ਤੁਹਾਡਾ ਨੁਕਸਾਨ ਹੋਊ ਅਤੇ ਦੂਜੇ ਨੰਬਰ 'ਤੇ ਕਹਿਣਾ ਵੀ ਬੁਲਟ 'ਤੇ ਪੜਾਕੇ ਵਜਾਉਣ ਤੁਹਾਡੇ ਗਲਤ ਨੇ ਤਾਂ ਕਰਕੇ ਆਹ ਦੇਖੋ ਥੱਲੇ ਨਾ ਇੱਕ ਪਲੱਗ ਆ ਇਹ ਤੁਹਾਨੂੰ ਲੱਭਣਾ ਨਹੀਂ ਔਖਾ ਸੌਖਾ ਹੀ ਲੱਭੂਗਾ ਥੱਲੇ ਖਾਲਾ ਫਸਾਇਆ ਜਾਂ ਹੁੰਦਾ ਠੀਕਾ ਦੇਖ ਲਓ ਤੁਸੀਂ ਇਹੋ ਜਿਹਾ ਪਲੱਗ ਆ ਇਹ ਅਤੇ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਵੀ ਟਰਾਈ ਨਾ ਕਰਿਓ ਤੁਹਾਨੂੰ ਇੱਕ ਨੌਲੇਜ ਬਾਰੇ ਦੱਸ ਰਿਹਾ ਇਹ ਨਾ ਪਲੱਗ ਮਤਲਬ ਐਂ ਆ ਵੀ ਇਹਦੇ ਨਾਲ ਜਦ ਆਪਾਂ ਬੁਲਟ ਦਾ BCBSX ਹੁੰਦਾ ਜਿਹੜਾ ਉਹਦੀ ਆਪਾਂ ਚਾਬੀ ਆ ਬੰਦ ਕਰ ਦਿੰਦੇ ਹਾਂ ਉਹ ਤੇਲ ਦੇਣਾ ਹੀ ਬੰਦ ਕਰ ਦਿੰਦਾ ਜਦੋਂ ਔਨ ਕਰਦੇ ਫਿਰ ਔਨ ਹੋ ਜਾਂਦਾ ਨੋਰਮਲੀ ਕੋਈ ਫਰਕ ਨਹੀਂ ਪੈਂਦਾ ਜੇ ਉਹਨੂੰ ਉੱਥੇ ਸੋ ਚਲਾ ਦਾਂਗੇ ਆਪਾਂ ਮਤਲਬ ਕਿ ਇਹ ਚੀਜ਼ ਕਰ ਦਾਂਗੇ ਵੀ ਤੇਲ ਜਾਈ ਜਾਵੇ ਅਤੇ ਇੰਜਣ ਬੰਦ ਹੋ ਜਾਵੇ ਫਿਰ ਤੇਲ ਇਕੱਠਾ ਹੋ ਕੇ ਪਟਾਕਾ ਵੱਜੂ ਅਤੇ ਉਹਦਾ ਹੱਲ ਹੈਗਾ ਉਰੇ ਠੀਕ ਆ ਅਤੇ ਇਹਨੂੰ ਆਪਾਂ ਖੋਲ੍ਹਣਾ ਸਭ ਤੋਂ ਪਹਿਲਾਂ ਖੋਲ੍ਹ ਕੇ ਫਿਰ ਤੁਹਾਨੂੰ ਦਿਖਾਉਣਾ ਫੜੀ ਵੀਡੀਓ ਆ ਰੁੱਖੇ ਪਲੱਗ ਊਂ ਤਾਂ ਨੱਟ ਨਾ ਖੁੱਲੂਗਾ ਪਰ ਹੁਣ ਮੈਂ ਕਈ ਵਾਰ ਕਰਿਆ ਹੋਇਆ ਤਾਂ ਕਰਕੇ ਇਹ ਢਿੱਲਾ ਜਿਹਾ ਹੀ ਹੈਗਾ ਅਤੇ ਹੁਣ ਤਾਂ ਖਾਸਾ ਟਾਈਮ ਹੋ ਗਿਆ ਕਰਿਆ ਨਹੀਂ ਕਰਿਆ ਤਾਂ ਨਹੀਂ ਕਿਉਂਕਿ ਮੇਰੇ ਬੁਲਟ ਦਾ ਹੋ ਗਿਆ ਨੁਕਸਾਨ ਖਾਸਾ ਤੁਹਾਨੂੰ ਦਿਖਾ ਦਿੰਦਾ ਖੋਲ੍ਹ ਕੇ ਲੈ ਖਾਚੂ ਖਾਸਾ ਟਾਈਮ ਹੋ ਗਿਆ ਲੱਗਦਾ ਸੀਰੀਅਸ ਲੈ ਗਿਆ ਠੀਕ ਹੈ ਆਹ ਚੀਜ਼ ਅਤੇ ਆਹ ਚੀਜ਼ ਆਣੀ ਆਹ ਇੱਕ ਚੀਜ਼ ਇੱਧਰ ਰਹੂ ਇੱਕ ਚੀਜ਼ ਬਾਹਰ ਆ ਜੂ ਜਿਹੜਾ ਦੋ ਪਲੱਗ ਨੇ ਇਹ ਸਿਰਫ ਦੋ ਤਾਰਾਂ ਨੇ ਮੰਨ ਲਓ ਵਿੱਚ ਆਪਾਂ ਇੱਕ ਸੁੱਚ ਐਡ ਕਰਨੀ ਆ ਸੁੱਚ ਦਾ ਕੰਮ ਕੀ ਹੁੰਦਾ ਆਪਸ ਜੋੜਨਾ ਜਦੋਂ ਜੋੜਾਂਗੇ ਨਾ ਜੇ ਧੂੰਆਂ ਵੀ ਨਿਕਲਦਾ ਕਈ ਵਾਰ ਤਾਂ ਨਹੀਂ ਅੱਗ ਵੀ ਲੱਗ ਸਕਦੀ ਆ ਬਹੁਤ ਜ਼ਿਆਦਾ ਖਤਰਨਾਕ ਆ ਤਾਂ ਕਰਕੇ ਨਾ ਬਿਲਕੁਲ ਟਰਾਈ ਨਾ ਕਰਿਓ ਮੈਂ ਤੁਹਾਨੂੰ ਬਾਕੀ ਆਪਦੇ ਰਿਸਕ 'ਤੇ ਦਿਖਾ ਦਿੰਦਾ ਪਰ ਤੁਸੀਂ ਟਰਾਈ ਨਾ ਕਰੋ ਕਿਉਂਕਿ ਤੁਹਾਡੇ ਬੁਲਟ ਦਾ ਨੁਕਸਾਨ ਹੋ ਜੂਗਾ ਤੁਸੀਂ ਤਾਰਾਂ ਹੁਣ ਲੰਬੀਆਂ ਛੱਲ ਲੈਣੀਆਂ ਨੇ ਠੀਕ ਆ ਅਤੇ ਸੁੱਚ ਮਾੜੀ ਕ ਘਟੀਆ ਕੁਆਲਿਟੀ ਜਿਹੜੀ ਮਰਜ਼ੀ ਵਰਤ ਲਓ ਉਹਦਾ ਕੋਈ ਫਰਕ ਨਹੀਂ ਕਿਉਂਕਿ ਚੀਜ਼ ਖਰਾਬ ਹੀ ਕਰਨੀ ਤੁਸੀਂ ਆਪਦੀ ਠੀਕ ਆ ਸਭ ਤੋਂ ਪਹਿਲਾਂ ਪਿਛਲੇ ਪਾਸੇ ਲਾ ਲੈਣਾ ਤਾਂ ਕਿ ਜਿਹੜਾ ਕਨੈਕਸ਼ਨ ਆ ਉਹ ਖਰਾਬ ਹੋ ਸਕੇ ਖਰਾਬ ਹੋਣ ਦਾ ਤਾਰ ਲਾਉਣੀ ਆਪਾਂ ਇਹ ਵੀ ਅੰਦਰ ਕਨੈਕਸ਼ਨ ਜਿਹੜਾ ਪੂਰਾ ਨਾ ਹੋਵੇ ਉਰੀ ਹੋ ਜਾਵੇ ਦਿਖਦੇ ਨੇ ਉਹ ਕੁਛ ਆ ਦੇਖੋ ਇੱਕ ਪਾਸੇ ਆਹ ਤਾਰ ਪਾ ਦੇਣੀ ਕਿ ਧਿਆਨ ਰੱਖੋ ਵੀ ਆਪਸ 'ਚ ਜੁੜਨੀਆਂ ਨਹੀਂ ਚਾਹੀਦੀਆਂ ਠੀਕ ਆ ਅਤੇ ਹੁਣ ਇਹਨੂੰ ਆਪਾਂ ਪਲੱਗ ਨੂੰ ਉੱਕਣੇ ਪਾ ਦੇਣਾ ਚਾਹੇ ਸਾਰਾ ਫਿੱਟ ਨਾ ਕਰਿਓ ਪਲੱਗ ਚਾਹੇ ਅੱਧਾ ਦੀ ਪੈ ਜਾਵੇ ਬਸ ਮਤਲਬ ਕੀ ਹੈ ਕਿ ਜੁੜ ਜਾਣੇ ਪੂਰਾ ਪੜੱਕ ਨਾ ਕਰਾ ਦਿਓ ਵੀ ਤਾਰਾਂ ਟੁੱਟੇ ਜਾਣੇ ਨਹੀਂ ਪਲੱਗ ਟੁੱਟ ਵੀ ਸਕਦਾ ਹੁਣ ਨਿਕਲ ਗਈਆਂ ਚਲੋ ਮੈਂ ਚੰਗੀ ਤਰ੍ਹਾਂ ਫਿੱਟ ਕਰਕੇ ਦਾ ਹੁਣ ਅਰੇ ਕੰਮ ਤਾਰਾਂ ਲਾਈਆਂ ਨੇ ਅਤੇ ਸੋਚਦਾ ਕੋਈ ਕੰਮ ਨਹੀਂ ਕਰ ਰਿਹਾ ਜੇ ਨਹੀਂ ਕਰ ਰਿਹਾ ਤਾਂ ਤੁਹਾਨੂੰ ਦੁਬਾਰਾ ਕਰਨਾ ਪਵੇ ਟਰਾਈ ਕਿਉਂਕਿ ਅੰਦਰ ਤਾਰ ਤੋਂ ਨਿਕਲ ਗਈ ਹੋਣੀ ਹੈ ਅਤੇ ਤੁਹਾਨੂੰ ਤਾਂ ਕਰਕੇ ਦੁਬਾਰਾ ਤੋਂ ਦੋ ਤਿੰਨ ਵਾਰ ਦੇਖ ਕਰਨੀ ਪਊ ਜੇ ਇੱਕ ਵਾਰ ਨਾ ਸਕਦਾ
ਤੇ ਦੇਖੋ ਹੁਣ ਆਪਣੀ ਚੜੀ ਪੂਰੀ ਵਰਕ ਕਰ ਰਹੀ ਹੈ ਉੱਥੇ ਦੋ ਤਾਰੇ ਲਾਤੀ ਮੈਂ ਧੱਕਾ ਕੀਤਾ ਮਤਲਬ ਇੱਕ ਤਰੀਕੇ ਨਾਲ ਆਪਾਂ ਬੁਲਟ ਨਾਲ ਧੱਕਾ ਕਰਨਾ ਠੀਕ ਹੈ ਸਭ ਤੋਂ ਪਹਿਲਾਂ ਉਹਨੂੰ ਕਰਨਾ ਅਤੇ ਚੈੱਕ ਤੋਂ ਕਰਨਾ ਸੱਚ ਬੰਦ ਕਰੀ ਦੇਖੋ ਇਹਦਾ ਮਤਲਬ ਇਹ ਆ ਵੀ ਸੱਚ ਨਾਲ ਜਿਹੜੀ ਇਹ ਸੱਚ ਆਪਣੀ ਕੰਮ ਕਰਨ ਲੱਗ ਗਈ ਹੁਣ ਕਰਨਾ ਕੀ ਪਹਿਲਾਂ ਸਭ ਤੋਂ ਪਹਿਲਾਂ ਨਾ ਮੈਂ ਬਹੁਤ ਟਰਾਈ ਕੀਤਾ ਇਹ ਸੱਚ ਲਾ ਕੇ ਭੜੱਕ ਵੀ ਆਉਣ ਦੀ ਪਰ ਬਚਦਾ ਨਹੀਂ ਕਿਉਂ ਨਹੀਂ ਬਚਦਾ ਪਹਿਲਾਂ ਬੁਲਟ ਹੋਣਾ ਚਾਹੀਦਾ ਗਰਮ ਤੁਹਾਨੂੰ ਮਾੜਾ ਗਰਮ ਕਰ ਲੈਂਦੇ ਹਾਂ ਚਾਹੇ 2 ਮਿੰਟ ਸਟਾਰਟ ਰੱਖ ਲਓ ਜੇ ਤੁਸੀਂ ਚਲਾ ਕੇ ਆ ਸਕਦੇ 1-2 ਕਿਲੋਮੀਟਰ ਤਾਂ ਬੜਾ ਵਧੀਆ ਓਫ ਆ ਜੇ 1-2 ਕਿਲੋਮੀਟਰ ਚੱਲਿਆ ਹੋਊਗਾ ਫਿਰ ਇਹਨੇ ਕੋਲ ਗਰਮ ਹੋ ਜਾਣਾ ਅਤੇ ਹੁਣ ਵੈਸੇ ਟਰਾਈ ਕਰਕੇ ਦੇਖਦੇ ਹਾਂ ਆਪਾਂ ਜਿਹੜਾ ਇੰਜਣ ਆ ਬਹੁਤ ਜ਼ਿਆਦਾ ਉੱਚੀ ਆਵਾਜ਼ ਕਰਨ ਲੱਗ ਜਾਂਦਾ ਤੇ ਕੀ ਹੈਗਾ ਤਾਂ ਗਲਤ ਆ ਹੁਣ ਦੇਖੋ ਇੰਜਣ 'ਚ ਆਵਾਜ਼ ਦੇਖੋ ਪਹਿਲਾਂ ਤੁਹਾਨੂੰ ਦੇਖਿਆ ਜਮੀ ਨਹੀਂ ਆਉਂਦੀ ਹੋਣੀ ਤੇ ਹੁਣ ਆਊ ਦੇਖਿਓ ਕਿੰਨੀ ਅਤੇ ਐਂ ਨਹੀਂ ਹੈਗਾ ਵੀ ਹਮੇਸ਼ਾ ਲਈ ਰਹਿੰਦੀ ਆ ਜਾਂਦੀ ਹੈ ਫਿਰ ਥੋੜ੍ਹਾ ਟਾਈਮ ਚਲੇ ਵੀ ਜਾਂਦੀ ਆ ਇੰਜਣ ਦੇ ਵਿੱਚ ਜਿਹੜੀ ਖਾਸੀ ਆਵਾਜ਼ ਆਉਣ ਲੱਗ ਹੁਣ ਤੁਸੀਂ ਦੇਖਿਆ ਬੁਲਟ ਦਾ ਪਟਾਕਾ ਜਿਹੜਾ ਫੁੱਲ ਗਰਮ ਹੁੰਦਾ ਫਿਰ ਬਹੁਤ ਉੱਚੀ ਵੱਜਦਾ ਪਟਾਕਾ ਇਹੋ ਜਿਹੀ ਗੱਲ ਨਹੀਂ ਹੈਗੀ ਤੇ ਹੁਣ ਤੁਹਾਨੂੰ ਨੁਕਸਾਨ ਦਾ ਪਹਿਲਾਂ ਤੁਸੀਂ ਨੁਕਸਾਨ ਆਪ ਹੀ ਦੇਖ ਲਿਆ ਵੀ ਜੋ ਵਜਾਉਂਦੇ ਇੰਜਣ 'ਚ ਆਵਾਜ਼ ਆਉਣ ਲੱਗ ਜਾਂਦੀ ਆ ਅਤੇ ਪਰਮਾਨੈਂਟ ਆਉਣ ਲੱਗ ਜਾਣੀ ਹੈ ਜੇ ਆਪਾਂ ਵੱਧ ਵਜਾਏ ਹੁਣ ਮੈਂ ਦੇਖਿਆ ਕਿ ਪਟਾਕਾ 1-2 ਪਟਾਕੇ ਵਜਾਏ ਨੇ ਬਸ ਵੀਡੀਓ ਵਾਸਤੇ ਅਤੇ ਮੈਂ ਇਹਦੇ ਨਾਲ ਕੀ ਹੁੰਦਾ ਇੰਜਣ ਵਾਲਾ ਆਇਲ ਆ ਉਹ ਵੀ ਮੁੱਕ ਜਾਂਦਾ ਦੇਖੋ ਇੰਜਣ ਆਇਲ 'ਚ ਬਹੁਤ ਘੱਟ ਆ ਹੁਣ ਉਹਦੇ ਕਰਕੇ ਅਤੇ ਇੰਜਣ ਆਪਣਾ ਖਰਾਬ ਛੇਤੀ ਹੋ ਜਾਂਦਾ ਅਤੇ ਦੂਜੇ ਨੰਬਰ 'ਤੇ ਇਹਦਾ ਸਭ ਤੋਂ ਵੱਡਾ ਰਿਸਕ ਇਹ ਆ ਜੋ ਤਾਰਾਂ ਜੁੜਦੀਆਂ ਨੇ ਅੰਦਰ ਧੂੰਆਂ ਨਿਕਲਦਾ ਕਈ ਵਾਰ ਸਮੈਲ ਵੀ ਆਉਂਦੀ ਆ ਉਹਨਾਂ ਦਾ ECU ਖਰਾਬ ਹੋ ਸਕਦਾ ਫਿਰ ਤੁਹਾਨੂੰ ਇਹ 10,000 ਦੇ ਨੇੜੇ ਤੇੜੇ ਸ਼ਾਇਦ ਕੱਲਾ ECU EFI ਸਿਸਟਮ ਵਗੈਰਾ 10-15,000 ਨੇੜੇ ਤੇੜੇ ਧੂਫ ਦੇ ਦੂਗਾ ਤੁਹਾਨੂੰ ਸੋ ਜਿਹੜਾ ਕੰਪਿਊਟਰ ਸਾਈਜ਼ ਸਿਸਟਮ ਆ ਇਹਦਾ ਮਤਲਬ ਕਿ ਪੰਗਾ ਦੇ ਘੱਟ ਲਈ ਤਾਂ ਵਧੀਆ ਰਹਿਣੀ ਜੇ ਤੁਹਾਨੂੰ ਐਂ ਆ ਵੀ ਜੇ ਚੀਜ਼ ਨਹੀਂ ਖਰਾਬ ਕਰਨੀ ਚੀਜ਼ ਟਰਾਈ ਨਾ ਕਰਿਓ ਹੁਣ ਮੈਂ ਤੁਹਾਨੂੰ ਦੱਸਤਾ ਵੀ ਜਿਹੜਾ ਪਲੱਗ ਆ ਉਹਦੇ ਵਿੱਚ ਤਾਰਾਂ ਪੈਂਦੀਆਂ 2 ਜਣੀ ਉਹ ਆਪਸ 'ਚ ਭਿੜ ਜਾਂਦੀਆਂ ਨੇ ਅਤੇ ਪਟਾਕਾ ਵੱਜਦਾ ਪਰ ਹੁਣ ਇਹ ਗੱਲ ਦੱਸਣੀ ਭੁੱਲ ਗਿਆ ਵੀ ਹਰੇਕ ਬੁਲਟ 'ਚ ਨਹੀਂ ਹੁੰਦਾ ਜੇ ECU ਬੁਲਟ 'ਚ ਨਹੀਂ ਹੈਗਾ ਨਾ ਤੁਸੀਂ ਦੇਖ ਲਓ ਡੱਬਾ ਖੋਲ੍ਹ ਕੇ ਜਿਹੜਾ ਡੱਬਾ ਇੱਧਰ ਵਾਲਾ ਇਹਨੂੰ ਖੋਲ੍ਹ ਕੇ ਦੇਖਿਆ ਜੇ ਖਾਸਾ ਕੁਛ ਹੈਗਾ ਤਾਂ ਮਤਲਬ ਵਿੱਚ ECU ਹੈਗਾ ਜੇ ਨਹੀਂ ਹੈਗਾ ਤਾਂ ਮਤਲਬ ਕਿ ECU ਨਹੀਂ ਹੈ ਖਾਲੀ ਖਾਲੀ ਜਿਹਾ ਲੱਗੂ ਜਿਹੜਾ ਆਪਣਾ ਡੱਬਾ ਇਹ ਸਾਰਾ ਹੀ ਭਰਿਆ ਪਿਆ ਤੁਸੀਂ ਅੱਧ ਖੋਲ੍ਹ ਕੇ ਦੇਖੋ ਜੇ ਖਾਲੀ ਖਾਲੀ ਜਿਹਾ ਲੱਗਿਆ ਤੁਹਾਨੂੰ ਇਹਦੇ ਨਾਲੋਂ ਤਾਂ ਮਤਲਬ ECU ਹੈ ਨਹੀਂ ਅਤੇ ਨਾ ਜਿਹੜਾ ECU ਨਹੀਂ ਆਊਗਾ ਉਹਦਾ ਪਤਾ ਕੀ ਕੰਮ ਹੋਊਗਾ ਜਿਹੜੀ ਚਾਬੀ ਆ ਜਿਹੜੀ ਸੁੱਚ ਲਾਈ ਆ ਉਹਦੇ ਨਾਲ ਬੁਲਟ ਬੰਦ ਤਾਂ ਹੋਊ ਪਰ ਦੁਬਾਰਾ ਸਟਾਰਟ ਨਹੀਂ ਹੋਣਾ ਫਿਰ ਤੁਹਾਨੂੰ ਕਿੱਕ ਮਾਰ ਸਟਾਰਟ ਕਰਨਾ ਪਊ ਜਦੋਂ ਬੁਲਟ ਭਜਾਓਗੇ ਸੁੱਚ ਆਫ ਕਰੋਗੇ ਬੁਲਟ ਨੇ ਬੰਦ ਹੋਣਾ ਬਸ ਫਿਰ ਜੋ ਸਟਾਰਟ ਨਹੀਂ ਹੋਣਾ ਸਟਾਰਟ ਨਹੀਂ ਹੋਣਾ ਸੁੱਚ ਤੋਂ ਇਹਦਾ ਸਟਾਰਟ ਹੋ ਰਿਹਾ ਸੀਗਾ ਕਿਉਂਕਿ ਜੇ ECU ਹੈਗਾ ਆਹ ਵੀ ਹੁਣ ਪ੍ਰੋਬਲਮ ਮਤਲਬ ਵੀ ਆ ਸਕਦੀ ਆ ਜੇ ਤੁਹਾਡਾ ECU ਨਹੀਂ ਹੈਗਾ ਬੁਲਟ 'ਚ
ਜਾਣੀ ਕਿ ਤੁਸੀਂ ਚਾਹੁੰਦੇ ਵੀ ਉਹ ਵੋਲਟਾਜ ਪਟਾਕਾ ਪਿਆ ਹੋਣਾ, ਫਿਰ ਉਹਦਾ ਵੀ ਵੱਜ ਜਾਂਦਾ, ਤਾਂ ਹੋਰ ਤਰੀਕਾ ਆਉਂਦਾ, ਮਤਲਬ ਜਿੰਨਾ 'ਚ ਈਸੀ ਹੈਗੇ ਉਹਨਾਂ ਨਾਲ ਵੱਜ ਜਾਂਦਾ, ਅਤੇ ਹੈਗੇ ਬਿਲਕੁਲ ਇਲੀਗਲ ਤੁਹਾਡਾ ਚਲਾਨ ਵੀ ਹੋਊ, ਚਲਾਨ ਨਹੀਂ ਬਾਉਂਡੂ। ਅਗਲੀ ਵੀਡੀਓ ਪਾਉਂ 'ਚ ਦੇਖ ਲਓ ਕੀ ਹੁੰਦਾ, ਅਗਲੀ ਵੀਡੀਓ ਬਲਕਿ ਬਣਾਈ ਪਈ ਆ ਬਸ ਪਾਉਣ ਵਾਲੀ ਆ। ਪਹਿਲਾਂ ਮੈਂ ਕਿਹਾ ਚਲੋ ਤੁਹਾਨੂੰ ਦੱਸ ਦਈਏ ਵੀ ਕਈ ਲੋਕ ਕਮੈਂਟ ਕਰਦੇ ਨੇ ਵੀ ਕਿਵੇਂ ਵੱਜਦਾ ਪਟਾਕਾ, ਉਹ ਤੁਹਾਨੂੰ ਮੈਂ ਤੁਹਾਨੂੰ ਦੱਸਤਾ, ਕਲੀਅਰ ਕਰਤਾ। ਅਤੇ ਬਾਕੀ ਆਪਣੇ 80,000 ਹੋ ਗਏ, 80,000 ਦੀ ਖੁਸ਼ੀ 'ਚ ਮੰਨ ਲਓ ਵੀ ਤੁਹਾਨੂੰ ਦੱਸਤਾ ਬਸ ਇੱਕ ਤਰੀਕੇ ਨਾਲ। ਅਤੇ ਹੁਣ ਇੱਕ ਚੀਜ਼ ਹੋਰ ਦੇਖਿਓ, ਜਦੋਂ ਮੈਂ ਬੁਲਟ ਨੂੰ ਸਟਾਰਟ ਕਰੂੰ ਨਾ, ਤਾਂ ਉਦੋਂ ਬਾਅਦ ਜਿਹੜੀ ਇੰਜਣ ਵਾਲੀ ਲਾਈਟ ਆ ਉਹ ਬੁਝਣੀ ਚਾਹੀਦੀ ਆ, ਇਹਦੀ ਬੁਝਣੀ ਨਹੀਂ। ਦੇਖ ਲਿਓ 1, 2, 3, 4, 5 ਪੈਟਰੋਲ ਬੁਝ ਗਈ ਦੀ, ਪਰ ਇੰਜਣ ਨਹੀਂ ਬੁਝਣੀ। ਇਹਦਾ ਮਤਲਬ ਕੀ ਆ ਵੀ ਇਹਨੂੰ ਪਤਾ ਲੱਗ ਗਿਆ ਵੀ ਇੰਜਣ ਦੇ ਵਿੱਚ ਕੁਛ ਤਾਂ ਗਲਤ ਹੋ ਰਿਹਾ, ਉਹਦੇ ਕਰਕੇ ਵੀ ਇਹ ਲਾਈਟ ਆ ਉਹ ਮੱਚਣ ਲੱਗ ਗਈ। ਵੀ ਜਦੋਂ ਇਹ ਆਉਂਦੀ ਹੁੰਦੀ ਤੁਹਾਨੂੰ 5-6 ਦਿਖਾਉਣਾ ਚਾਹੀਦਾ, ਪਰ ਜੇ ਤੁਹਾਡੀ ਆ ਰਹੀ ਆ ਅਤੇ ਬੁਲਟ 'ਚ ਕੋਈ ਦਿੱਕਤ ਨਹੀਂ ਆ ਰਹੀ, ਤਾਂ ਤੁਹਾਨੂੰ ਏਜੰਸੀ ਦਿਖਾਉਣ ਦੀ ਲੋੜ ਨਹੀਂ ਹੈਗੀ ਸਾਡੇ ਕਿਆ। ਅਤੇ ਇੰਜਣ ਲਾਈਟ ਜਾਊਗੀ, ਮੈਂ ਵੀ ਤੁਹਾਨੂੰ ਦੱਸ ਦੇਣਾ, ਤੁਸੀਂ ਕੁਛ ਨਹੀਂ ਕਰਨਾ ਹੈਗਾ। ਇੰਜਣ ਜਿਹੜੀ ਇੰਜਣ ਦੀ ਲਾਈਟ ਆ ਇਹ ਉਦੋਂ ਜਗਦੀ ਆ ਜਦੋਂ ਉਹਨੂੰ ਲੱਗੇ ਵੀ ਕੋਈ ਪ੍ਰੋਬਲਮ ਆ, ਅਤੇ ਪਰ ਜੇ ਕੋਈ ਪ੍ਰੋਬਲਮ ਨਾ ਹੋਵੇ, ਮਤਲਬ ਹੁਣ ਆਪਾਂ ਤਾਰਾਂ ਕੱਢਦੀ ਹਾਂ ਤਾਂ ਹੁਣ 'ਚ ਕੋਈ ਪ੍ਰੋਬਲਮ ਨਹੀਂ ਰਹੀ, ਪਰ ਫਿਰ ਵੀ ਜਗੂ ਹੀ ਰਹੂਗੀ ਉਦੋਂ ਤੱਕ ਜਦੋਂ ਤੱਕ ਇਹਨੂੰ ਲੱਗੂ ਵੀ ਹਾਂ ਠੀਕ ਨਹੀਂ ਹੋਇਆ। ਹੁਣ ਇਹ ਮਤਲਬ ਕਿ 10-15 ਕੱਕਾਂ ਤੋਂ ਬਾਅਦ ਠੀਕ ਹੋ ਜਾਣੀ ਆ, ਮਤਲਬ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ। ਮੈਂ 1-2-3 ਕੱਕਾਂ ਮਾਰੂੰਗਾ, ਫਿਰ ਕਿਤੇ ਜਾਊਂਗਾ ਖੜਾ ਦੂੰਗਾ ਕੱਕ ਮਾਰੂੰਗਾ, ਤੈਨੂੰ ਦੇਖਣਾ ਵੀ ਹਾਂ ਹੁਣ ਤੋਂ ਵੀ ਪ੍ਰੋਬਲਮ ਆ ਨਹੀਂ ਰਹੀ, ਤੈਨੂੰ ਆਪਣੇ ਆਪ ਗਾਇਬ ਹੋ ਜਾਣਾ, ਮਤਲਬ ਇਹਦੀ ਟੈਨਸ਼ਨ ਨਹੀਂ ਹੈਗੀ ਆਪਾਂ ਨੂੰ। ਅਤੇ ਫਿਰ ਵੀ ਆਈ ਆ ਰਹੀ ਆ ਤਾਂ ਵੀ ਐਡਾ ਕੋਈ ਚੱਕਰ ਨਹੀਂ, ਤੁਹਾਡੇ ਬੁਲਟ 'ਚ ਮਿਸਿੰਗ ਆ ਰਹੀ ਆ, ਕੋਈ ਹੋਰ ਪ੍ਰੋਬਲਮ ਆ ਰਹੀ ਆ, ਫਿਰ ਤੁਸੀਂ ਇਹਨੂੰ ਏਜੰਸੀ ਦਿਖਾਓਗੇ। ਅਤੇ ਮੇਰਾ ਬੁਲਟ ਵੀ ਪਟਾਕੇ ਮਾਰਨ ਤੋਂ ਬਾਅਦ, ਮੈਂ ਦਿਵਾਲੀ ਵਾਲੇ ਟਾਈਮ ਪਟਾਕੇ ਜਾਇਆ ਸੀ, ਉਹ ਵੀ 100-150 ਲਗਾਤਾਰ, ਉਹਦੇ ਕਰਕੇ ਆਵਾਜ਼ ਤਾਂ ਇੰਜਣ 'ਚ ਆਈ ਹੋਈ ਬਹੁਤ ਟਾਈਮ। ਉਸ ਤੋਂ ਬਾਅਦ ਇਹ ਮਿਸਿੰਗ ਬਹੁਤ ਪ੍ਰੋਬਲਮ ਆਈ, ਉਹ ਨਹੀਂ ਸੀ ਆਉਂਦੀ। ਜੇ ਆਪਾਂ ਜਿਵੇਂ ਛੋਟੇ ਗੇਅਰ 'ਚ ਆਪਾਂ ਭਜਾ ਲਈਏ ਤਾਂ ਵੀ ਮਿਸਿੰਗ ਮਾਰਦਾ ਸੀ, ਅਤੇ 5ਵੇਂ ਗੇਅਰ 'ਚ 80 ਦੇ ਲੈ ਜੀ, 80 ਤੋਂ ਪਲੱਸ ਕਰੀਏ ਫਿਰ ਮਿਸ ਮਾਰਦੇ, ਨਿਕਲ ਪਿਕਅਪ ਫੜਾਉਂਦੇ ਸੀ ਨਾ ਉਦੋਂ ਮਿਸ ਮਾਰਦਾ। ਸੋ ਮਿਸਿੰਗ ਵਾਲਾ ਚੱਕਰ ਮੈਨੂੰ ਮੇਨ ਲੱਗਿਆ ਆਵਾਜ਼ ਨਾਲੋਂ ਵੀ, ਕਿਉਂਕਿ ਆਵਾਜ਼ ਤਾਂ ਚੱਲ ਆਪਣਾ ਸਰਜੂ ਵੀ ਥੋੜ੍ਹਾ ਜਿਹਾ ਉਹ ਲੱਗੂ ਆਪਾਂ ਨੂੰ, ਔਕਵਰਡ ਕਰ ਆਪਾਂ ਨੂੰ, ਮਤਲਬ ਕਿ ਰਾਹ ਤਾਂ ਲੈ ਜਾ ਕਰੂ, ਨਹੀਂ ਫਿਰ ਮਿਸਿੰਗ ਆ ਗਈ ਫਿਰ ਮਤਲਬ ਤੁਹਾਨੂੰ ਚੱਲਣਾ ਹੀ ਨਹੀਂ ਮੋਟਰ ਨਾਲ, ਬਹੁਤ ਮੁਸ਼ਕਿਲ ਹੋ ਜਾਂਦਾ ਚਲਾਉਣਾ। ਸੋ ਮਿਸਿੰਗ ਵਾਲੀ ਇੱਕ ਪ੍ਰੋਬਲਮ ਆਊਗੀ, ਇੱਕ ਆਵਾਜ਼ ਵਾਲੀ ਆਊਗੀ, ਕਿਤੇ ਕੀ ਸੀ ਉਹ ਤੁਹਾਨੂੰ ਪਤਾ ਕਿਸੇ ਟਾਈਮ ਵੀ ਖਰਾਬ ਹੋ ਸਕਦਾ। ਅਤੇ ਮੇਰੇ ਕਾੜੀ ਨੇ ਵੀ ਇਹ ਵੀਡੀਓ ਦੇਖ ਕੇ ਟਰੈਕਰ ਨਾਲ ਦੱਸਿਆ ਸੀ ਵੀ ਇੱਕ ਵੱਧ ਪਟਾਕਾ ਵੀ ਉਹਨੇ ਟਰਾਈ ਕੀਤਾ ਅਤੇ ਉਹਦਾ ਫਿਊਜ਼ ਉੜ ਗਏ ਸੀਗੇ। ਸੋ ਹੈਗਾ ਤਾਂ ਰਿਸਕ ਵਾਲਾ ਕੰਮ ਇਹ, ਬਿਲਕੁਲ ਵੀ ਟਰਾਈ ਨਾ ਕਰੋ, ਮੈਂ ਤੁਹਾਨੂੰ ਵਾਰ ਵਾਰ ਦੱਸ ਰਿਹਾ, ਹੁਣ ਬਾਕੀ ਪਿੰਡ ਪਹੁੰਚ ਜਾ ਫਿਰ ਦੱਸਦਾ ਅੱਗੇ। ਅਤੇ ਮਤਲਬ ਐਂ ਵੀ ਐਂ ਤਾਂ ਅਸੀਂ ਕਈ ਵਾਰ ਅਸੀਂ ਮਤਲਬ ਕਿ ਰੋਡ 'ਤੇ ਵੀ ਖਾਸੀ ਵਾਰ ਵਜਾਏ ਨੇ ਪਟਾਕੇ, ਉਦੋਂ ਵੀ ਐਂ ਕੋਈ ਦਿੱਕਤ ਆਉਂਦੀ ਨਹੀਂ, ਆਵਾਜ਼ ਬੂਜ਼ ਚਲੋ ਆਉਂਦੀ ਰਹਿੰਦੀ ਆ, ਵੀ ਉਵੇਂ ਮੇਨ ਦਿੱਕਤ ਨਹੀਂ ਵੀ ਹਾਂ ਬੁਲਟ ਖੜ ਹੀ ਗਿਆ, ਇਹੋ ਜਿਹਾ ਕੰਮ ਵੀ ਨਹੀਂ ਹੁੰਦਾ। ਜੋ ਸੱਚ ਆ ਤੁਹਾਨੂੰ ਦੱਸਦਾ ਮੈਂ, ਜਾਣੀ ਕਿ ਖਰਾਬ ਹੁੰਦਾ ਜ਼ਰੂਰ ਆ ਵੀ ਕਿਤੇ ਮਿਸਿੰਗ ਮੁਸਿੰਗ ਦੇਣ ਲੱਗ ਜਾਂਦਾ ਹੌਲੀ ਹੌਲੀ, ਪਰ ਮਤਲਬ ਕਿ ਇੱਕ ਨਹੀਂ ਆ ਵੀ ਤੁਸੀਂ ਪਟਾਕੇ ਸੋ ਚਲਾ ਲਈ ਤਾਂ ਮੁੜ ਕੇ ਫਿਰ ਚੱਲਣੀ ਨਹੀਂ। ਅਤੇ ਮਤਲਬ ਹੈਗੀ ਚੀਜ਼ ਗਲਤ ਆ, ਸੋ ਟਰਾਈ ਤਾਂ ਫਿਰ ਵੀ ਨਾ ਕਰਿਓ, ਅਤੇ ਤਾਂ ਹੀ ਕਰਕੇ ਫਿਰ ਮੈਂ ਤਾਂ ਪੱਕੀ ਸੋਚੀ ਨਹੀਂ ਲਾਈ, ਕਿਉਂਕਿ ਯਾਰ ਫਿਰ ਉਹ ਵੀ ਫੁਕਰਿਆ ਜਿਹੜਾ ਕੰਮ ਹੋ ਜਾਂਦਾ ਨਾ, ਪਟਾਕਾ ਤਾਂ ਹਰੇਕ ਜਗ੍ਹਾ 'ਤੇ ਵਧੀਆ ਨਹੀਂ ਲਾ ਕਿ ਨਹੀਂ ਉਸ ਟਾਈਮ ਹੈ ਨਾ। ਅਤੇ ਇੱਕ ਗੱਲ ਹੋਰ, ਜਦੋਂ ਬੋਲਟਾਂ ਚੱਲਦਾ ਹੋਊ ਉਦੋਂ 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 ਵੀ ਵੱਧ ਭਜਾਏ 'ਤੇ, ਜਿਵੇਂ ਵੱਧ ਭਜਾਏ 'ਤੇ ਕਰਿਓ, ਕਿਉਂਕਿ ਜਦੋਂ ਗਰਮ ਹੋਇਆ ਹੋਊ ਨਾ, ਬਾਕੀ ਨਹੀਂ ਤਾਂ 5ਵੇਂ ਗੇਅਰ ਦੇ ਵਿੱਚ 60-70 'ਤੇ ਲਿਆ ਕੇ ਜਿਹੜੀ ਫੁੱਲ ਰੇਸ ਦੇਣੀ ਆ, ਕਲੱਚ ਨਹੀਂ ਦੱਬਣਾ, ਫੁੱਲ ਰੇਸ ਦੇਣੀ ਆ, ਸੁੱਚ ਬੰਦ ਕਰ ਦੇਣੀ ਆ, ਫਿਰ ਫੁੱਲ ਰੇਸ ਹੈ ਮਰੋੜਾ ਦੇਣਾ, ਚਾਹੇ ਇੱਕ ਵਾਰ ਚਾਹੇ 2 ਵਾਰ ਦੇ ਲਓ, ਇੱਕ ਵਾਰ ਮਰੋੜਾ ਦੇ ਕੇ ਫਿਰ ਛੱਡ ਦੇਣੀ ਆ ਰੇਸ, ਫਿਰ ਔਨ ਕਰਨੀ ਸੁੱਚ, ਫਿਰ ਪਟਾਕਾ ਮਾਰਦਾ। ਜਾਣੀ ਐਂ ਨਹੀਂ ਹੈ ਵੀ ਪਹਿਲੀ ਵਾਰ ਮਾਰੂ, 10-6 ਵਾਰ 10-6 ਵਾਰ ਵੱਜਦਾ, ਕਈ ਵਾਰ 10-6 ਵਾਰ ਫੇਲ ਹੋ ਜਾਂਦਾ, 4 ਵਾਰੀ ਵੱਜਦਾ। ਮਤਲਬ ਮੇਨ ਗੱਲ ਤਾਂ ਗਰਮ ਹੋਣ ਦੀ ਹੈ, ਜੋ ਗਰਮ ਹੋ ਜਾਂਦਾ ਫਿਰ ਤਾਂ ਠਾਹ ਮਾਰਦਾ। ਸੋ ਪਟਾਕੇ ਮਤਲਬ BSX ਵਧੀਆ ਮਾਰਦਾ, ਨਹੀਂ ਹੈ ਵੀ ਹੌਲੀ ਮਾਰੂ, ਪਹਿਲੇ ਭਾਵੇਂ ਫਿੱਕੇ ਮਾਰਦੇ ਫਿਰ ਬਹੁਤ ਤਕੜੇ ਮਾਰਦਾ। ਅਤੇ ਮੈਂ ਟਰਾਈ ਕੀਤਾ ਸਾਰੇ ਪੁੱਛ, ਜਿਹੜਾ ਸਲਾਂਸਰ ਵੱਢਿਆ ਹੋਇਆ ਉਹ ਸਭ ਤੋਂ ਉੱਚੀ ਮਾਰਦਾ। ਸੋ ਆਪਾਂ ਨੂੰ ਹੁਣ ਹੋਰ ਦੱਸੋ ਜੀ ਕੀ ਚੀਜ਼ ਕਰੀਏ। ਵੈਸੇ ਤਾਂ ਮੈਂ ਸੋਚਿਆ ਪਹਿਲਾਂ ਵੀ ਲਾਈਟ ਹੈ ਨਹੀਂ, ਇਹਦੇ ਜਿਹੜੀ ਆਹ ਪੁਲਿਸ ਵਾਲਿਆਂ ਨੇ ਲਾਈਟ ਆਪਣੀ ਰੋਕ ਲਈ ਸੀਗੀ, ਆਪਾਂ ਸਵਾ 'ਤੇ ਸੀ ਨਾ ਉੱਥੇ, ਦਾ ਜਿਹੜਾ ਚਲਾਨ ਕਰਦੇ ਨਹੀਂ ਹੁੰਦੇ ਤਾਂ ਹੀ ਕਰਿਆ ਨਹੀਂ ਆਪਣਾ, ਉਹ ਕਹਿੰਦੇ ਵੀ ਤੁਹਾਡੇ ਬੋਲਟ 'ਤੇ ਕੁਛ ਤਾਂ ਗਲਤ ਹੈ। ਮੈਂ ਕਿਹਾ ਕੀ ਗਲਤ ਹੈ, ਮੈਂ ਕਿਹਾ ਹਾਰਨ ਗਲਤ ਨਹੀਂ, ਕਹਿੰਦੇ ਹਾਰਨ ਦੀ ਕਾਹਦੀ, ਉਹਨਾਂ ਨੇ ਪਤਾ ਕੀ ਆ ਦੇਖਿਆ ਕੁਛ ਨਹੀਂ, ਬੁਲਟ ਤਾਂ ਖਾਸੇ ਆਉਂਦੇ ਸੀਗੇ, ਉਹਨਾਂ ਦੇਖਿਆ ਵੀ ਆਹ ਬੁਲਟ ਥੋੜ੍ਹਾ ਡਿਫਰੈਂਟ ਜਾਏ, ਕਿਉਂਕਿ ਬਲੈਕ ਆ ਟਾਇਰ ਵੀ ਚੌੜਾ ਪਾਇਆ, ਟਾਇਰ ਮੂਹਰੋਂ ਨਾ ਖਾਸਾ ਪ੍ਰਭਾਵ ਪਾਉਂਦਾ ਦੇਖਣ ਨੂੰ, ਅਲੱਗ ਲੱਗਦਾ ਮਤਲਬ, ਅਤੇ ਬਲੈਕ ਜਿਹੜੇ ਮਤਲਬ ਲੁੱਕ ਵਧੀਆ ਲੱਗੀ ਹੋਣੀ ਉਹਨਾਂ ਨੂੰ ਵੀ, ਇਹ ਅਲੱਗ ਜਾ ਕੁਛ, ਇਹਦੇ ਕੁਛ ਪੱਕਾ ਗਲਤ ਉਹਨਾਂ ਨੇ ਸਾਈਡ 'ਤੇ ਲਾਇਆ ਮੈਨੂੰ, ਕਹਿੰਦੇ ਥੋੜ੍ਹਾ ਗਲਤ ਆ ਸਿਸਟਮ। ਮੈਂ ਕਿਹਾ ਹਾਰਨ,
ਕਹਿੰਦੇ ਆਹ ਦੇਖੋ ਬਲਦਾ ਹਾਰਨ ਨੇ ਇਗਨੋਰ ਕੀਤਾ, ਕਹਿੰਦੇ ਆਹ ਦੇਖੋ ਵੀ ਉਹਦੀ ਰੈਟ ਆਈ ਉਹਦਾ ਕਿੰਨੀ ਅੱਖਾਂ 'ਚ ਪੈਂਦੀ ਆ। ਮੈਂ ਕਿਹਾ ਹਾਂ ਅੱਖਾਂ ਤਾਂ ਪੈਂਦੀ ਹੋਊਗੀ, ਉਹ ਕਹਿੰਦਾ ਵੀ ਇਹਨੂੰ ਲਾਓ। ਮੈਂ ਕਿਹਾ ਜਗਦੀ ਵੀ ਨਹੀਂ ਹੈਗੀ, ਤਾਂ ਚਲਾਉਂਦੀ ਨਹੀਂ। ਮੈਂ ਕਿਹਾ ਰਾਤ ਨੂੰ ਤਾਂ ਕਹਿੰਦੇ ਬਸ ਬਸ ਤਾਂ ਇੱਕ ਸਾਰੀ ਐਂ ਕਹਿੰਦੇ ਹੁੰਦੇ ਨੇ ਵੀ ਇਹਨੂੰ ਲਾ, ਇਹਨੂੰ ਕਹਿੰਦੇ ਲਾ ਦਿਓ ਇਹਨੂੰ ਜੇ ਬਚਣਾ ਚਾਹੁੰਦੇ ਹੋ। ਅਸੀਂ ਕਿਹਾ ਭਾਈ ਕਿਵੇਂ ਲਾਈਏ ਵੀ ਇਹਦੇ ਉਹ ਨਹੀਂ ਹੈਗੀਆਂ ਨਟ ਨੂਟ ਚਾਬੀ ਹੈ ਨਹੀਂ। ਕਹਿੰਦੇ ਭਾਈ ਸਾਨੂੰ ਨਹੀਂ ਪਤਾ, ਜਾਂ ਮਰਜ਼ੀ ਲਾ ਦੇ। ਫਿਰ ਮੈਂ ਹੱਥ ਨਾਲ ਥੋੜ੍ਹਾ ਮਾਰਿਆ ਅਤੇ ਲੈਟ ਆਈ ਉਹ ਬਿੰਗੀ ਹੋ ਗਈ, ਥੱਲੇ ਨੂੰ ਆ ਗਈ ਸੀਗੀ ਨਟ ਨੂਟ, ਲਾ ਗਈ ਸੀ ਇਹਦਾ। ਅਤੇ ਉਹ ਕਹਿੰਦੇ ਐਂ ਨਹੀਂ ਸਮ ਕਰਮ ਸਰਨਾ ਹੈਗਾ ਵੀ ਇਹਨੂੰ ਲਾਓ। ਕਹਿੰਦੇ ਮੈਂ ਕਿਹਾ ਫਿਰ ਚਾਬੀ ਬੰਨ ਜਦੋਂ ਵੀ ਕਿਵੇਂ ਲਾਹਾਂ, ਜਦੋਂ ਹੁਣ ਕਰ ਹੀ ਨਹੀਂ ਸਕਦੇ ਸੀ ਕੁਛ। ਵੈਸੇ ਆਪਣੀ ਗਲਤੀ ਸੀ ਅਤੇ ਮੈਂ ਤਾਂ ਹੀ ਕਿਹਾ ਵੀ ਗਲਤੀ ਹੈ, ਚਲੋ ਕੋਈ ਗੱਲ ਨਹੀਂ ਲਾ ਦਾ ਕਿਨੂੰ ਘਰੇ ਜਾ ਕੇ। ਉਹ ਕਹਿੰਦੇ ਹੁਣ ਇਹਦੀਆਂ ਫਿਰ ਜੇ ਨਹੀਂ ਲਾਈ ਤਾਂ ਤਾਰਾਂ ਵੱਢ ਦਿਓ। ਫਿਰ ਇਹਨਾਂ ਤਾਰਾਂ ਅਸੀਂ ਕੱਟਤੀਆਂ ਸੀਗੀਆਂ ਉਸ ਟਾਈਮ, ਕਿਉਂਕਿ ਉਹ ਤਾਂ ਦਿਨੇ ਸੀਗਾ ਤਾਰਾਂ ਕੱਟਤੀਆਂ ਸੀਗੀਆਂ। ਫਿਰ ਗਾਹਾਂ ਜਾ ਕੇ ਹਨੇਰਾ ਹੋ ਗਿਆ, ਫਿਰ ਤਾਰਾਂ ਲਾ ਲਈਆਂ ਸੀ ਮੈਂ ਦੁਬਾਰੇ। ਅਤੇ ਫਿਰ ਹੁਣ ਮੈਂ ਸੋਚਦਾ ਵੀ ਇਹਨੂੰ ਤਾਂ ਆਪਾਂ ਲਾ ਦਈਏ। ਵੈਸੇ ਤਾਂ ਉਵੇਂ ਚੱਕਰ ਨਹੀਂ ਵੀ ਚਲੋ ਚਲਾਨ ਤਾਂ ਚਲੋ ਹੋਣਾ ਹੀ ਹੋਣਾ, ਉਹਦਾ ਕੋਈ ਵੱਡੀ ਗੱਲ ਨਹੀਂ। ਜੋ ਇੰਨਾ ਕੁਛ ਗਲਤ ਕਰਾਂਗੇ ਤਾਂ ਚਲਾਨ ਹੋਊਗਾ ਹੀ ਹੋਊਗਾ, ਉਹ ਵੀ ਛੋਟਾ ਮੋਟਾ ਨਹੀਂ, ਮੇਰਾ 5000 ਦਾ ਹੋਇਆ ਸੀਗਾ। ਸੋ ਤਾਂ ਕਰਕੇ ਚਲਾਨ ਕਰਕੇ ਮੈਂ ਕਹਿੰਦਾ ਵੀ ਕੋਈ ਚੀਜ਼ ਇਲੀਗਲ ਆਈ ਉਹ ਟਰਾਈ ਨਾ ਹੀ ਕਰਿਓ। ਤੁਸੀਂ ਤਾਂ ਕਰ ਲਿਓ ਜੇ ਪਿੰਡ ਦੇ ਵਿੱਚ ਤੁਸੀਂ ਸਿਰਫ ਪਿੰਡ ਚਲਾਉਣਾ ਜਾਂ ਫਿਰ ਜੇ ਕਿਸੇ ਨੂੰ ਦਿੱਕਤ ਨਹੀਂ ਹੈਗੀ ਸਿਰਫ ਤਾਂ ਕਰਕੇ। ਅਤੇ ਇਹ ਵਾਲੀ ਲਾਈਟ ਆਪਾਂ ਲਾ ਦੇਣੀ ਆ ਇਹ ਥਾਂ 'ਤੇ, ਕੁਛ ਹੋਰ ਲਾਵਾਂਗੇ ਜਾਂ ਫਿਰ ਇਹ ਵਾਲੀ ਲਾਈਟ ਨੂੰ ਕੁਛ ਕਰਾਂਗੇ। ਕਿਉਂਕਿ ਦੇਖੋ ਦੇਖਣ ਤਾਂ ਬੜੀ ਘੈਂਟ ਲਾ ਦੀ ਆ ਬਲੈਕ ਦਿਨ 'ਚ ਇਹ, ਪਰ ਮੂਹਰੇ ਨਹੀਂ ਕੁਛ ਵੀ ਦਿਖਾਉਂਦੀ ਜੇ ਕਿਤੇ ਰਾਤ ਨੂੰ ਜਾਣਾ ਪੈ ਜਾਵੇ। ਵੈਸੇ ਤਾਂ ਹੁਣ ਤੇਲ ਨਹੀਂ ਆਉਣੇ, ਪਤਾ ਨਹੀਂ ਕੀ ਬਣੂ, ਤੇਲ ਦਾ ਪਤਾ ਨਹੀਂ ਕੀ ਹੱਲ ਹੋਊਗਾ। ਕੱਲ੍ਹ ਪਰਸੋਂ ਤਾਂ ਵੈਸੇ ਆ ਹੀ ਜਾਣਾ ਐਡੀ ਵੱਡੀ, ਹੈ ਨਾ, ਐਡੀ ਤਾਂ ਨਹੀਂ ਗੱਲ ਹੋਣੀ ਗੁਰਤਿਆਂ, ਤੂੰ ਜਦੀ ਮਾੜਾ ਸਾਈਕਲ 'ਚੋਂ ਕੱਢ ਲਈ ਥੋੜ੍ਹਾ ਤੇਲ। ਅਤੇ ਹੁਣੇ ਲਾਈਟ ਦਾ ਵੈਸੇ ਨਾ ਕੁਛ ਸੋਚਿਆ, ਉਹ ਤੁਹਾਨੂੰ ਅਗਲੀ ਤੋਂ ਅਗਲੀ ਵੀਡੀਓ 'ਚ ਦੱਸਿਆ ਹੋਵੇ। ਬਾਕੀ ਤਾਂ ਫਿਰ ਓਕੇ ਰਿਪੋਰਟ ਆ। ਹੁਣ ਆਪਾਂ ਪਲੱਗ ਪਲੁੱਗ ਲਾ ਲਿਆ ਅਤੇ ਨਾ ਇੱਕ ਮੰਗਾ ਹੋਰ ਹੋ ਜਾਂਦਾ, ਜਿਹੜੇ ਪਲੱਗ ਜਾਂ ਫਿਰ ਅਸੀਂ ਲੌਂਕਣ ਲਾ ਜਾਂਦਾ। ਦੇਖੋ ਇਹਨੂੰ ਸੈੱਟ ਨਹੀਂ ਹੋਣਾ ਮੁੜ ਕੇ ਕਦੇ, ਤੁਹਾਡਾ ਬਹੁਤ ਲੁਕਾਉਣਾ ਜਿਹਾ ਪੂਛ ਪਿੰਜ ਪੇ ਲਾ ਕੇ, ਤੇ ਆਹ ਵਾਇਰਿੰਗ ਆ ਇਹ ਫਿਰ ਖੋਲਣੀ ਪੈ ਗਈ। ਦੇਖੋ ਭਰਾ ਕਹਿ ਰਿਹਾ ਬਹੁਤ ਕੁਛ ਹੁੰਦਾ, ਫਿਊਜ਼ ਉੱਡਣ ਲੱਗ ਜਾਂਦੇ ਨੇ। ਫਿਰ ਖਲਾਈ ਸੀਗੀ ਅਤੇ ਇਹਦੇ ਚੇਪੀਆਂ ਵੀ ਬੈਠੀਆਂ ਹੋਈਆਂ ਨੇ ਏਜੰਸੀ ਵਾਲਿਆਂ ਨੇ, ਅਤੇ ਇਹਨੂੰ ਸੈੱਟ ਕਰਨ ਵਾਲਾ। ਚਲੋ ਦੇਖਾਂਗੇ, ਬਾਕੀ ਧੋਣ ਵੀ ਵਾਲਾ ਮੋਟਰਸਾਈਕਲ ਅਤੇ ਬਾਕੀ ਹੋਰ ਦੇਖਾਂਗੇ ਵੀ ਕੀ ਕਰਨਾ। ਅਤੇ ਬਾਕੀ ਤੁਹਾਨੂੰ ਮਿਲ ਕੇ ਲਾਉਣਾ, 500 ਤੇਰਾ 500 ਤੇ ਦੇ ਦੂੰ ਤੇਰਾ, ਮੇਰੇ ਕੋਲ ਨਹੀਂ ਰਹਿ ਜੂ, 250 ਰੁਪਏ ਰਹਿ ਜੂਗਾ। ਇਹਦਾ ਕੀ ਲੋਡ ਪਾ ਰਹੇ ਨੇ ਇਹ, ਇਹਨਾਂ ਨੇ ਮਿਲਖੇ ਲੈਣਾ ਨਵਾਂ ਫੋਨ। ਫੋਨ ਨੂੰ ਤਾਂ ਮੈਂ ਕਿਹਾ ਸੀ ਆਈਫੋਨ ਵਾਲੇ, ਪਰ ਆਈਫੋਨ ਆਉਂਦੇ ਨੇ ਮਹਿੰਗੇ। ਇਹਨੇ ਲੈਣਾ ਮਤਲਬ ਬਜਟ ਫਰੈਂਡਲੀ ਫੋਨ, ਔਰ ਮੜਾ ਉਹਨੇ ਮਿਲਖੇ ਨਾਲੇ ਫੇਰ ਸਾਰੇ ਮੈਂ ਪੁੱਛ ਲਾ ਮਿਲਖੇ ਕੀ ਹਾਲ ਚਾਲ। ਵਧੀਆ ਮਿਲਖੇ ਲੈਣਾ, ਮਿਲਖੇ ਲੈਣਾ ਜੀ ਨਵਾਂ ਫੋਨ। ਪਰ ਸਾਡੇ ਨਹੀਂ ਲੈਣਾ, ਨਹੀਂ ਪਤਾ ਵੀ ਅੱਜ ਲਿਆਵੇ ਕੱਲ੍ਹ ਲਿਆ, ਨਹੀਂ ਪਤਾ ਮਹੀਨਾ ਕਦੇ 2 ਸਾਲ ਜਾਂ ਫਿਰ 2035 'ਚ ਲੈ ਕੇ ਆਵੇ। ਫੋਨ ਦਾ ਪੱਕਾ ਨਹੀਂ ਪਤਾ ਪਾ, ਹੈ ਨਾ, ਪਰ ਲੈਣਾ ਜ਼ਰੂਰ ਹੈਗਾ। ਯਾਨੀ ਹੁਣ ਨੌਲੇਜ ਨਹੀਂ ਲੈਂਦਾ ਫਿਰਦਾ ਵੀ ਫੋਨ ਕਿਹੜਾ ਲਈਏ। ਉਹਨੇ ਮੁੰਡੇ ਨੇ ਫੋਨ ਨਾ ਲਿਆ, ਪਤਾ ਨਹੀਂ ਕਿਹੜਾ ਹੋਈ ਉਹ, ਹੁਣ ਅੱਜ ਮਹਿੰਗਾ ਹੋ ਗਿਆ, ਰੋਣ ਵਾਲਾ ਹੋਇਆ ਪਿਆ। ਕੋਈ ਨਾ ਫੋਨ ਤਾਂ ਮਿਲ ਜੂ, ਟੈਨਸ਼ਨ ਲੈ। ਪਰ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਫੋਨ ਕਿਹੜਾ ਲੈਣਾ ਚਾਹੀਦਾ, ਹੈ ਨਾ ਮਿਲਖੇ ਨੂੰ, ਹੈ ਨਾ, ਇਹ ਦੱਸ ਦਿਓ। ਅਤੇ ਬਾਕੀ ਜੇ ਕੋਈ ਵਾਧੂ ਪੈਸੇ ਤਾਂ ਮਿਲਖੇ ਦੇ ਖਾਤੇ 'ਚ ਪਾ ਦਿਓ, ਹੈ ਨਾ। ਬਹੁਤ ਜ਼ਿਆਦਾ ਅਗਲੇ ਅਗਲੇ ਤੇਰੇ ਕਰਕੇ ਮਾਉਂਦੇ ਨੇ। ਸੋ ਇਹ ਤਾਂ ਮਤਲਬ ਕਿ ਮੈਂ ਚੌੜ ਗਈ ਸੀ। ਅਤੇ ਮਤਲਬ ਫੋਨ ਦੱਸਿਓ ਮਿਲਖੇ ਨੂੰ ਕਿਹੜਾ ਲੈਣਾ ਚਾਹੀਦਾ, ਆਈਫੋਨ ਜਾਂ ਫਿਰ ਐਂਡਰਾਇਡ। ਮੇਰੇ ਤਾਂ ਮੈਂ ਚਾਹੁੰਦਾ ਸੀ ਮੈਨੂੰ 11-12 ਲੈ ਲਵੇ, ਫੀਚਰ ਵੀ ਉਹਨੇ ਕਈ ਯੂਜ਼ ਹੋਣਗੇ ਅਤੇ ਸਮੂਥ ਚੱਲੂ। ਪਰ ਇਹਦੇ ਕੋਲ 11-12 ਜੋ ਕਿ ਮਤਲਬ ਕਿ ਇਹ ਪੈਸੇ ਖਰਾਬ ਨਹੀਂ ਕਰਨਾ ਚਾਹੁੰਦਾ ਜਿੰਨੇ ਕੁ ਸਹੀ ਕਿ ਪੈਸੇ ਲੱਗਣ ਚਾਹੀਦੇ। 9-10 ਹਜ਼ਾਰ ਦਾ ਫੋਨ ਇਹਨੂੰ ਠੀਕ ਆ। ਹੋਰ ਗੱਡੀ ਲੋਡ 'ਚ ਲਿਆਉਣਾ ਇਹ, ਹੋਰ ਗੱਡੀ ਕਿਵੇਂ, ਹੋਰ ਕਿਵੇਂ ਐਂਡਰਾਇਡ ਹੀ ਦਬਾ ਦਿਓ। ਕਿਹੜਾ ਐਂਡਰਾਇਡ ਦਬਾਉਣਾ, ਥੋੜ੍ਹੀ ਜਿਹਾ ਨੇ ਆਪ ਲੈਣਾ। ਹਾਂ ਉਹੀ ਕਹਿਣਾ। ਹੁਣ ਸਾਈ ਮਤਲਬ ਕਿਹੜਾ ਫੋਨ ਚਲਾਉਣਾ ਤੂੰ, ਦੇਖੋ ਇਹ ਕਹਿੰਦਾ ਮਿਲਖਾ ਹੈਗਾ 5S ਆਈਫੋਨ ਹੈ 6A ਗੱਡੀ ਹੁਣ ਰੱਜੇ ਮੈਂ ਤੁਹਾਨੂੰ ਦਿਖਾਉਣਾ ਆਈਫੋਨ ਵਾਲੀ ਆ ਗਈ ਸੀ ਹੈਗਾ ਰੈਡਮੀ ਦੇ ਫੋਨ ਨੂੰ ਖਰਾਬ ਹੋਇਆ ਕੁਛ ਨਹੀਂ, ਬੈਟਰੀ ਉਹ ਬਸ 2 ਘੰਟੇ ਲਾਉਂਦਾ, ਚਲੋ ਉਹ ਤਾਂ ਸਾਰ ਲੂਗਾ। ਹੈਂਗ ਬਹੁਤ, ਹੈਂਗ ਬਹੁਤ ਹੁੰਦਾ ਤੇ ਹੈਂਗ ਉਹਦਾ ਕਿਹਾ ਹੁੰਦਾ, ਦੇਖੋ ਮੂਹਰੇ ਟੱਡਰੀਆਂ ਦੀ ਫੋਟੋ ਲੱਗੀ ਆ ਤੇ ਇਹ ਟੱਡਰੀਆਂ ਦੀ ਮੂਹਰੇ ਵੀ ਲੱਗੀ ਆ, ਲੋਕ ਖੁੱਲ੍ਹ ਗਈ ਆ ਤੇਰੇ ਫੋਨ ਤੇ, ਹੋਮ ਤੇ ਵੀ ਟੱਡਰੀਆਂ ਦੀ ਫੋਟੋ, ਲੋਕ ਤੇ ਵੀ ਟੱਡਰੀਆਂ ਦੀ ਫੋਟੋ, ਤੇ ਹੁਣ ਤੁਹਾਨੂੰ ਗੈਲਰੀ ਦਿਖਾਉਣਾ, ਕਿਹੜੀ ਗੈਲਰੀ ਦਿਖਾਈ ਦੇਣੀ ਹੁੰਦੀ, ਫਿਰ ਵੀ ਦਿਖਾ ਦਿੰਦਾ। ਚਲੋ ਐਲਬਮ 'ਚ ਜਾਣਾ, ਇਹਦੇ ਵਿੱਚ ਹੈਗੀਆਂ ਨੇ ਵੀਡੀਓਜ਼, ਵਟਸਐਪ ਵੀਡੀਓਜ਼ 80 ਰਹਿ ਗਈਆਂ ਇਮੇਜਿਸ ਨੇ, ਅਦਰ ਮੈਮ ਚਾਹੁੰਦੀਆਂ ਨੇ ਵਟਸਐਪ ਉੱਥੇ ਨੇ। ਦੇਖੋ ਪੰਜਾਬੀ ਕੀ ਲਿਖਿਆ, ਪੰਜਾਬੀ ਫਨੀ ਸ਼ੇਅਰ ਚੈਟ, ਇਹ ਸ਼ੇਅਰ ਚੈਟ ਤੋਂ ਵਟਸਐਪ ਤੋਂ ਕਿਤੋਂ ਕਿਤੋਂ
ਇਕੱਲੇ ਇੱਕ ਫੋਲਡਰ 'ਚ 464 ਵੀਡੀਓਜ਼ ਨੇ ਸਿਰਫ ਇੱਕ ਢੱਡਰੀ ਵਾਲੇ ਬਾਬੇ ਦੀ, ਜਿਹੜੀਆਂ ਰੀਲਾਂ ਨਹੀਂ ਹੁੰਦੀਆਂ ਜਿਹ 'ਚ ਉਹ ਦੱਸਦੇ ਹੁੰਦੇ ਨੇ ਵੀ ਐਂ ਨਹੀਂ ਕਰਨਾ ਉਹ ਨਹੀਂ ਕਰਨਾ, ਉਹ ਵੀਡੀਓ ਵਾਲੇ ਕੋਲ 464 16 GB ਫੋਨ 'ਚ ਨੇ ਯਾਰ ਦੱਸ ਹਲੇ ਕੀ ਭਾਲਦਾ ਯਾਰ। ਮੈਂ ਤੁਹਾਨੂੰ ਐਂ ਕਿਹਾ ਵੀ ਇੰਨੀਆਂ ਵੀਡੀਓ ਡਿਲੀਟ ਕਰਦੇ, ਜਿਹੜੀਆਂ ਦੇਖਦਾ ਉਹ ਰੱਖ ਲਾ, ਵੀ ਫਿਰ ਨਹੀਂ ਹੈ ਗੁਗਾ ਨਹੀਂ ਐਡਾ ਕੱਟੜ ਫੈਨ ਆ ਮਤਲਬ ਕਿ ਡਿਲੀਟ ਨਹੀਂ ਕਰਨਾ ਢੱਡਰੀਆਂ ਦੇ। ਕਹਿੰਦੀ ਉਹ ਕੋਈ ਵੀ ਵੀਡੀਓ ਦੇਖ ਰਿਹਾ ਨਾ ਤਾਂ ਬਿਲਕੁਲ ਸ਼ਾਊਟ ਆਊਟ ਜ਼ਰੂਰ ਦਿਓ, ਤੁਹਾਡੇ ਕੋਲ ਹਰੇਕ ਦਿਵਾਨ ਵੀ ਹਰੇਕ ਸਾਨੂੰ ਕੋਈ ਮਿਸ ਨਹੀਂ ਕਰਦਾ, ਜਿੱਦਣ ਕੋਈ ਬਾਹਲਾ ਕੰਮ ਮੜਿਆ ਹੋਵੇ ਫਿਰ ਇਹ ਕਰਦਾ ਨਹੀਂ, ਜਾਣੀ ਜਾਂਦਾ ਹੀ ਜਾਂਦਾ, ਜਾਣੀ ਐਡਾ ਕੱਟੜ ਫੈਨ ਆ ਵੀ ਇੱਕ ਵਾਰ ਕੁਛ ਵੀ ਕਰ ਸਕਦਾ, ਦੋ ਤਿੰਨ ਦਾ ਦੋ ਤਿੰਨ ਵਾਰ ਤਾਂ ਮਿਲ ਕੇ ਫੋਟੋ ਵੀ ਖਿਚਾ ਚੁੱਕਿਆ, ਕੁਛ ਵੀ ਕਰ ਸਕਦਾ ਹਾਂ ਢੱਡਰੀਆਂ ਵਾਲੇ, ਕੁਛ ਵੀ ਕਰਾ ਲਓ ਇਥੋਂ, ਹੁਕਮ ਦੋ ਬਸ ਹੁਕਮ। ਪੰਪ ਤੇ ਭੀੜ ਬਹੁਤ ਆ, ਹਾਂ ਬਣਾਈ ਸੀ ਬਣਾਈ ਦੀ, ਡੀਜ਼ਲ ਦਾ ਖਤਮ ਹੋ ਗਿਆ ਉਹਨਾਂ ਕੋਲੇ ਤੇ ਪੈਟਰੋਲ 200 ਰੁਪਏ ਦਾ ਪਾਉਂਦੇ ਨੇ, ਵੈਸੇ 200 ਦਾ ਪਵਾ ਕੇ ਲਿਆਇਆ 100 ਯਾਰ ਤੇਲ ਦਾ, ਮੋਦੀ ਨੇ ਦੇਖੋ ਕੀ ਕਰਿਆ ਉਹ ਜਿਹੜਾ ਟਰੱਕ ਵਾਸਤੇ ਉਹਨਾਂ ਨੇ ਰੂਲ ਜਿਹਾ ਕੱਢਿਆ, ਵੈਸੇ ਦੇਖਿਆ ਵੀ ਕੁਛ ਪਰਸੈਂਟ ਸਹੀ ਹੈ ਕਿਉਂਕਿ ਜਿਹੜੇ ਟਰੱਕ ਵਾਲੇ ਨੇ ਨਾ ਉਹ ਕਈ ਵਾਰ ਇੰਨੀ ਜ਼ਿਆਦਾ ਧੱਕੇ ਨਾਲ ਗੱਡੀ ਚਲਾਉਂਦੇ ਨੇ ਨਾ, ਕਿਤੇ ਕਈ ਵਾਰ ਪੀਤੀ ਵੀ ਹੁੰਦੀ ਆ ਨਾ, ਕੱਲ ਉਹ ਇੱਕ ਦਿਨ ਉਹ ਹੋ ਗਿਆ ਸੀ ਮੂੰਹ ਜਵਾਨੀ ਆਉਂਦੇ ਨੇ, ਕੋਈ ਮੂੰਹ ਜਵਾਨੀ ਆਉਂਦੇ ਹੁੰਦੇ ਨੇ, ਮੈਂ ਕਿਹਦੀਆਂ ਗੱਲਾਂ ਵਾਲੇ ਸੁਣਨ ਵਾਲੇ ਹੁੰਦੇ ਟਰੱਕ ਵਾਲੇ ਮੂੰਹ ਜਵਾਨੀ ਆਉਂਦੇ ਨੇ ਤੇ ਉਹ ਦੇਖਦੇ ਨਹੀਂ ਆ, ਕਈ ਵਾਰ ਤਾਂ ਜਮੀ ਖਹਿ ਕੇ ਲੰਘਦੇ ਨੇ, ਜਾਣੀ ਉਹਨਾਂ ਨੂੰ ਕਿਹੜਾ ਪਰਵਾਹ ਹੁੰਦੀ ਵੀ ਕਿਹੜੀ ਗੱਡੀ ਫੁੱਟਣੀ ਆ, ਮੋਟਰਾਂ ਫੁੱਟਣਾ ਬਸ ਆਉਂਦਾ ਫਿਰ ਤਾਂ ਲੰਘੇ ਜਾਣਾ ਮਤਲਬ ਠੀਕ ਆ। ਪਰ ਸਾਰੇ ਟਰੱਕਾਂ ਵਾਲੇ ਇਹੋ ਜਿਹੇ ਨਹੀਂ ਹੁੰਦੇ, ਵਿੱਚ ਵਿੱਚ ਜਿਹੜੇ ਲੋਕ ਵਧੀਆ ਵੀ ਹੈਗੇ ਨੇ ਅਤੇ ਉਹ ਕਈ ਲੋਕ ਤਾਂ ਐਵੇਂ ਹੁੰਦੇ ਨੇ ਹੁਣ ਮੋਟਰਾਂ ਦੀ ਪੀਤੀ ਉਹ ਟਰੱਕ ਥੱਲੇ ਦਊਗਾ ਤਾਂ ਫਿਰ ਟਰੱਕ ਵਾਲੇ ਦੀ ਗਲਤੀ ਮੰਨੀ ਜਾਊ ਕਿਉਂਕਿ ਜਿਹੜਾ ਟਰੱਕ ਵੱਡਾ ਸੀਗਾ ਵੀ ਟਰੱਕ ਦਾ ਉਹ ਖਾਧਾ ਪੀਤਾ, ਮਤਲਬ ਕਿ ਐਵੇਂ ਨਹੀਂ ਹਰੇਕ ਵਾਰ ਵੀ ਨਹੀਂ ਗਲਤੀ ਹੁੰਦੀ, ਤਾਂ ਕਰਕੇ ਟਰੱਕ ਵਾਲੇ ਜਿਹੜੇ ਉਹ ਐਂ ਕਹਿੰਦੇ ਨੇ ਵੀ ਜੇ ਕੋਈ ਬੱਚਾ ਸਾਡੇ ਮਾਰੂ ਤਾਂ ਸਾਡੇ ਨਾਲ 10 ਲੱਖ ਰੁਪਏ ਦੇਣਾ ਪਊਗਾ, ਕਿੰਨਾ 3 ਸਾਲ ਦੀ ਸਜ਼ਾ ਵੀ ਆ, ਸੋ ਉਹ ਵਾਲੀ ਚੀਜ਼ ਗਲਤ ਆ, ਤਾਂ ਕਰਕੇ ਇਹ ਥੋੜ੍ਹਾ ਜਿਹਾ ਧਰਨ ਲੱਗਿਆ, ਤਾਂ ਕਰਕੇ ਹੁਣ ਪੈਟਰੋਲ ਆ ਹੀ ਨਹੀਂ ਰਿਹਾ, ਕੱਚਾ ਤੇਲ ਆ ਹੀ ਨਹੀਂ ਰਿਹਾ ਤਾਂ ਪੱਕਾ ਤੇਲ ਕਿਵੇਂ ਮਿਲੂਗਾ ਆਪਾਂ ਨੂੰ, ਉਹਦੇ ਕਰਕੇ ਧਰਨਾ ਬਸ ਬਾਹਲਾ ਟਾਈਮ ਚੱਲਣਾ ਨਹੀਂ, ਲੋਟ ਹੋ ਜਾਣਾ ਕਿਸੇ ਲੋਟ ਅਤੇ ਮੋਦੀ ਨੇ ਆਪਾਂ ਨੂੰ ਚੌਥੀ ਪੰਜਵੀਂ ਵਾਰ ਲੈਣਾ ਚਲਾ ਲਿਆ ਨਾ, ਅਤੇ ਚਲੋ ਜੋ ਹੋਇਆ ਜੋ ਬਸ ਹੋਣਾ ਹੀ ਸੀਗਾ ਤਾਂ ਕੁਛ, ਅਤੇ ਹੁਣ ਦੇਖਦੇ ਹਾਂ ਕਿੰਨਾ ਕੁ ਟਾਈਮ ਤੇਲ ਨਹੀਂ ਮਿਲਦਾ, ਬਾਕੀ ਆਪਣੇ ਤਾਂ ਹੈਗਾ 400-500 ਤੇਲ ਪਤਾ ਚੱਲੀ ਜਾਣਾ ਆਪਣਾ, ਤਾਂ ਜਿਹੜਾ ਪੈਟਰੋਲ ਪੰਪ ਲੱਗੇ ਨਾ ਕਿਤੇ ਥੋੜ੍ਹੇ ਗੇੜੇ ਕਿਹੜੇ ਘੱਟ ਲਾ ਨਹੀਂ ਦਿੰਦਾ ਕੀ ਫਰਕ ਪੈਣ ਲੱਗਿਆ, ਮੈਂ ਦੱਸ ਗੇੜੇ ਨਾਲ ਲਾਏ ਤਾਂ ਫਿਰ ਕਿਆ ਫਾਇਦਾ। ਅਤੇ ਬਾਕੀ ਸਾਡਾ ਜਿਹੜਾ ਟਿੱਡਾ ਤੁਸੀਂ ਜਾਣਦਾ ਹੋ ਜੋਤ ਉਹ ਪੰਪ 'ਤੇ ਲੱਗਿਆ ਹੋਇਆ, ਤੁਹਾਨੂੰ ਪਤਾ ਹੀ ਹੋਊਗਾ, ਅਤੇ ਉਹਦੇ ਕੋਲ ਮਾਹੌਲ ਦੇਖ ਕੇ ਆਉਣਾ ਉਹਦਾ, ਮੈਂ ਕਿਹਾ ਤੇਲ ਪਾਉਂਦੇ ਨੇ, ਮੈਂ ਕਿਹਾ ਚੱਲ ਪਾ ਦੂਗਾ ਆਪਾਂ ਨੂੰ, ਅਤੇ ਅਸੀਂ ਦੇਖ ਉਹ ਆ ਕੇ ਦੇਖ ਕੇ ਜਾ ਕੀ ਮਾਹੌਲ ਆ, ਦੇਖਦੇ ਹਾਂ ਕਿੰਨੀ ਕੁ ਭੀੜ ਆ ਉੱਥੇ ਨਾ, ਬੁਲਟ ਅੜੀ ਉਹ ਕਿੰਨੀ ਆਵਾਜ਼ ਕਰਦਾ ਇੰਜਣ, ਰੋਡ ਵੀ ਸੁਣਦਾ ਟਕ 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 ਟਕ, ਜਨਰੇਟਰ ਬਣ ਗਿਆ ਤਾਂ ਨਾ, ਕਿੰਨੀ ਆਵਾਜ਼ ਕਰਦਾ ਇੰਜਣ ਦੀ, ਇੰਨੀ ਕਰਦਾ ਸੀ ਉੱਥੇ ਹੁਣ ਵੱਧ ਗਿਆ, ਚੱਲ ਦੇਖੀ ਜਾਓ। ਜਿਹੜੀ ਆ ਲਾਈਟ ਦੀ ਮਾੜੀ ਮੋਟੀ ਤਾਂ ਲਾਈਟ ਹੈਗੀ ਆ, ਮਤਲਬ ਕਿ ਮੂਹਰੇ ਦਿਖਾਉਂਦੀ ਆ ਫੋਨ 'ਚ ਨਹੀਂ ਦਿਖਦਾ, ਹਾਂ ਜਮੀ ਜੱਟ ਵੀ ਆਹ ਦੇਖੋ ਪੰਪ ਤਾਂ ਲਾਈਟ ਨਹੀਂ ਚੱਕਦੀ ਕੋਈ, ਪੰਪ ਹੀ ਬੰਦ ਕੀਤਾ ਪਿਆ, ਹਾਂ ਤਾਂ ਇੱਕ ਬੰਦਾ ਉੱਧਰੋਂ ਦਿਮਾਗ ਖਰਾਬ ਕਰ ਤੇਲ ਪਾ, ਦਿਮਾਗ ਖਰਾਬ ਕਰ ਤੇਲ ਪਾ, ਛੁੱਟੀਆਂ ਹੋਣਗੀਆਂ ਛੁੱਟੀਆਂ ਨੂੰ ਬਾਈ ਆਪਣਾ ਤੇਲ ਹੈਗਾ ਦਿਖਾਵਾਂ ਤੈਨੂੰ ਚਲਾ ਕੇ ਬਾਅਦ ਚ ਪਾ ਕੇ ਹੋਰ ਮਿੰਦਾ ਕਹਿੰਦਾ ਬਹੁਤ ਉਹ ਤਾਂ ਮੁੱਕਾ ਦੀ ਮਤਲਬ ਉਹ ਤਾਂ ਹੋ ਗਿਆ ਟਰੱਕ ਉਹਦੇ ਕਿਉਂ ਖੜਾਇਆ ਛੁੱਟੀਆਂ ਹੋਣਗੀਆਂ ਹੋਰ ਕੀ ਚਾਹੀਦਾ ਉਹ ਯਾਰ ਬੋਟ ਦਾ ਆਵਾਜ਼ ਦੇਖੀ ਕਿੰਨੀ ਗੱਲ ਛਨ 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 ਛਨ
ਮੈਂ ਤਾਂ ਲੋਕਾਂ ਨੂੰ ਬੁਲਟ ਦੇ ਪਟਾਕੇ ਦੱਸਦਾ ਕਿਵੇਂ ਬਾਅਦ ਨੇ ਉਹ ਮੇਰੀ ਇੰਜਣ ਦੇ ਪਟਾਕੇ ਪੈ ਕੇ ਲੱਗਦਾ ਹੁਣ ਸਰਵਿਸ ਆਊਗੀ ਸਰਵਿਸ ਤੋਂ ਬਾਅਦ ਚੋਪੂ ਵਾਲੇ ਜੋ ਵੀ ਉਹਦੀ ਚੋਪੂ ਮੰਨਿਆ ਨਹੀਂ ਯਾਰ ਇਹ ਤਾਂ ਬਹੁਤ ਆਉਂਦੀਆਂ ਨੇ ਯਾਰ ਦੇਖੋ ਮੈਂ ਤੁਹਾਨੂੰ ਹਟ ਗਿਆ ਓਏ ਹਟ ਗਿਆ ਓਏ ਲੈ ਹਟ ਗਿਆ ਲੈ ਜੋ ਧੰਨਵਾਦ ਹਟ ਗਿਆ ਦੇਖਿਆ ਤੁਹਾਨੂੰ ਕਹਿੰਦੇ ਨਾ ਹਟ ਜਾਣਾ ਇਹਦਾ ਜਮੀ ਹਟ ਗਿਆ ਜਮੀ ਹਟ ਗਿਆ ਤੈਨੂੰ ਮੈਂ ਹੁਣ ਜਿਹੜੀ ਪੁਰਾਣੀ ਵੀਡੀਓ ਦਿਖਾਈ ਆ ਦੇਖ ਬਾਅਦ ਜਿਵੇਂ ਟੈਂਪੂ ਹੁੰਦਾ ਹੋਵੇ ਆਵਾਜ਼ ਆਉਣ ਲੱਗ ਜਾਂਦੀ ਆ ਹੁਣ ਹਟ ਗਿਆ ਮਤਲਬ ਕਿ ਕੰਮ ਖਰਾਬ ਆ ਹੈਲੋ ਆ ਕੇ ਫੋਨ ਆਉਂਦੇ ਨੇ ਵੀ ਤੇਲ ਪੈਂਦਾ ਨਾ 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 ਕੋਈ ਇਕੱਠ ਕਰ ਲਾ ਸਾਨੂੰ ਲੋੜ ਨਹੀਂ ਆ ਦੇਖੋ ਬੰਦ ਬਸ ਬਸ ਲਾਈ ਪਈ ਆ ਖੋਲ ਤਾਂ ਸਕਦੇ ਆ ਪਰ ਸਾਨੂੰ ਲੋੜ ਨਹੀਂ ਹੈਗੀ ਚਾਚਾ ਜੀ ਖੋਲ ਤਾਂ ਸਕਦੇ ਆ ਪਰ ਸਾਨੂੰ ਲੋੜ ਨਹੀਂ ਆ ਦੇਖੋ ਬੰਦੇ ਮੁੜੇ ਜਾਂਦੇ ਨੇ ਆ ਬਾਈ ਨੇ ਯਾਰ ਤੁਸੀਂ ਆ ਦੇਖੋ ਬੰਦ ਪੰਪ ਉਹਦੇ ਵਿੱਚ 1 2 3 4 5 6 ਮੋਟਰਾਂ ਦਾ ਇਕੱਠ ਹੋ ਸਕਦਾ ਚੱਲਦੇ ਤੇ ਕਿਉਂ ਨਹੀਂ ਸੱਤ ਮੋਟਰ ਸਕੂਟਰ ਜਿਹੜਾ ਚੱਲਦੇ ਪੰਪ ਤੇ ਇੰਨਾ ਘੱਟ ਹੁੰਦਾ ਨਹੀਂ ਬੰਦ ਤੇ ਵੱਧ ਹੋਇਆ ਹੋਇਆ ਆ ਕੋਈ ਜਲਦਾ ਬਾਲਟੀ ਲੈ ਕੇ ਆ ਦੇਖ ਬਾਲਟੀ ਹੁਣ ਜਲਦੀ ਨਹੀਂ ਮਿਲਦਾ ਉਰੇ